ਪ੍ਰੋਗਰਾਮ ਸ਼ਬਦਾਂ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ। ਇਸ ਵਕਤ ਤੁਸੀਂ ਰੇਡੀਓ ਪੰਜਾਬ ਟੂਡੇ ਦੇ ਬਠਿੰਡਾ ਸਟੂਡੀਓ ਤੋਂ ਸਾਡੇ ਨਾਲ ਜੁੜੇ ਹੋਏ ਹੋ। ਵਾਸ਼ਿੰਗਟਨ ਫਰੇਟ ਸਰਵਿਸ, ਜਿਹਨੂੰ ਸੈਟਲ ਏਰੀਆ ਦੇ ਵਿੱਚ ਓਨਰ ਓਪਰੇਟਰ ਅਤੇ ਡਰਾਈਵਰ ਚਾਹੀਦੇ ਨੇ, ਤੁਹਾਡੀ ਸਹੂਲਤ ਦੇ ਲਈ ਪੰਜਾਬੀ 'ਚ ਡਿਸਪੈਚ ਕਰਦੇ ਨੇ। ਗੁਰਵਿੰਦਰ ਧਾਲੀਵਾਲ ਹੋਰਾਂ ਨਾਲ 2063544060 'ਤੇ ਕਾਲ ਕਰ ਸਕਦੇ ਹੋ। ਜਗਦੇਵ ਸੰਧੂ ਹੋਰਾਂ ਨੂੰ 2532666924 'ਤੇ। ਜੀ ਐਂਡ ਐਚ ਐਕਸਪ੍ਰੈਕਸ ਵਾਲੇ ਮਨਮੋਹਨ ਸਿੰਘ ਧਾਲੀਵਾਲ ਨੂੰ ਸੈਟਲ ਦੇ ਵਿੱਚ ਓਨਰ ਓਪਰੇਟਰ ਅਤੇ ਡਰਾਈਵਰ ਚਾਹੀਦੇ ਨੇ। ਲੋਕਲ ਜੋਬ ਦਿੰਦੇ ਨੇ, ਬੈਨੀਫਿਟਸ ਅੱਛੇ ਦਿੰਦੇ ਨੇ, ਲੌਂਗ ਹਾਲ ਤੋਂ ਵੱਧ ਕਮਾਈ ਦਿੰਦੇ ਨੇ। 2065500088 'ਤੇ ਕਾਲ ਕਰ ਸਕਦੇ ਹੋ। ਇਸ ਵਕਤ ਆਪਾਂ ਚੱਲਦੇ ਹਾਂ ਜੀ ਹਰਿਆਣੇ ਦੀਆਂ ਬਰੂਹਾਂ 'ਤੇ। ਬਲਜੀਤ ਸਿੰਘ ਜੀ ਮੇਰੇ ਨਾਲ ਨੇ। ਬਲਜੀਤ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਬਲਜੀਤ ਜੀ, ਅੱਜ ਦੇ ਜੋ ਸਥਿਤੀ ਹੈਗੀ ਹੈ, ਹਾਲ ਦੀ ਘੜੀ ਤੱਕ ਕੀ ਨਜ਼ਰ ਆ ਰਿਹਾ ਤੁਹਾਨੂੰ? ਦੇਖੋ, ਅੱਜ ਕਿਸਾਨਾਂ ਦੀ ਫਿਰ ਨੌਵੇਂ ਦੌਰ ਦੀ ਗੱਲਬਾਤ ਹੈ ਔਰ 36 ਜਥੇਬੰਦੀਆਂ ਜਿਹੜੀਆਂ ਸ਼ਾਮਿਲ ਹੁੰਦੀਆਂ ਨੇ, ਅਸੀਂ ਅੱਜ 40 ਜਥੇਬੰਦੀਆਂ ਦੇ ਜਿਹੜੇ ਉੱਘੇ ਲੀਡਰ ਨੇ ਉਹ ਸ਼ਾਮਿਲ ਹੋਏ ਨੇ। 2 ਵਿਗਿਆਨ ਭਵਨ ਦੇ ਵਿੱਚ ਮੀਟਿੰਗ ਸੀ, 2:15 ਲਗਭਗ ਸਭ ਪਹੁੰਚ ਗਏ ਸੀ ਔਰ ਮੀਟਿੰਗ ਸ਼ੁਰੂ ਹੋ ਗਈ ਸੀ। ਮੀਟਿੰਗ ਅਜੇ ਚੱਲ ਰਹੀ ਹੈ। ਜੋ ਸੋਰਸਿਸ ਨੇ ਉਹ ਇਹੀ ਦੱਸ ਰਹੇ ਨੇ ਕਿ ਲਗਭਗ ਜਿਹੜਾ ਹੈ ਸਰਕਾਰ ਨੇ ਮੰਗਾਂ ਮੰਨਣ ਤੇ ਹਾਂ ਭਰ ਲਈ ਹੈ। ਕਾਫੀ ਗੱਲਾਂ ਤੇ, 2 ਤਾਂ ਪਹਿਲਾਂ ਹੀ ਸਹਿਮਤੀ ਬਣ ਗਈ ਹੋਈ ਸੀਗੀ ਔਰ 1 ਗੱਲ ਤੇ ਹੋਰ ਇਹਨਾਂ ਦੀ ਸਹਿਮਤੀ 4:15 ਤੱਕ ਬਣ ਗਈ ਸੀ ਔਰ 1-2 ਗੱਲਾਂ ਹੋਰ ਲਾਸਟ ਨੇ। ਕਿਸਾਨ ਨੇਤਾ ਇਹ ਕਹਿ ਰਹੇ ਨੇ MSP ਨੂੰ ਤੁਸੀਂ ਸਾਨੂੰ ਲਿਖਿਤ ਗਰੰਟੀ ਦੇਣ ਦੀ ਥਾਂ ਤੇ ਇਹਨੂੰ ਕਾਨੂੰਨ ਕਿਉਂ ਨਹੀਂ ਬਣਾ ਦਿੰਦੇ? ਸਰਕਾਰ ਨੇ ਬੜੇ ਨਰਮ ਰਵੱਈਏ ਦੇ ਨਾਲ ਇਹ ਗੱਲ ਕਹੀ ਹੈ ਵੀ ਅਸੀਂ ਇਸ ਗੱਲ ਤੇ ਵਿਚਾਰ ਕਰ ਲੈਂਦੇ ਹਾਂ ਵੀ ਕਿਉਂਕਿ ਅਸੀਂ ਲਿਖਿਤ ਗਰੰਟੀ ਦੇਣ ਨੂੰ ਤਿਆਰ ਹਾਂ ਤਾਂ ਅਸੀਂ ਇਹਨੂੰ ਕਾਨੂੰਨ ਬਣਾਉਣ ਨੂੰ ਵੀ ਤਿਆਰ ਹੋ ਸਕਦੇ ਹਾਂ, ਅਸੀਂ ਵਿਚਾਰ ਕਰ ਲੈਂਦੇ ਹਾਂ। ਉਹਨਾਂ ਨੇ ਇਹਦਾ MSP ਦਾ, ਜਿਹੜੀ ਰਹੀ ਗੱਲ AMCP ਦੀ ਜਮ੍ਹਾਂਖੋਰੀ ਵਾਲੇ ਮਾਮਲੇ ਦੀ, ਉਹਦੇ ਉੱਤੇ ਫਿਲਹਾਲ ਇਹਨਾਂ ਦੀ ਗੱਲਬਾਤ ਜਾਰੀ ਹੈ ਔਰ ਪੂਰੀ ਪੂਰੀ ਉਮੀਦ ਹੈ ਕਿ 6:30-7 ਤੱਕ ਕੋਈ ਨਾ ਕੋਈ ਜਿਹੜਾ ਅੱਛੇ ਰੁੱਖ ਦੇ ਨਾਲ ਹੀ ਮਾਮਲਾ ਹੱਲ ਹੋ ਜਾਏਗਾ। ਕਿਸਾਨ ਵੀ ਰਾਜ਼ੀ ਹੋ ਜਾਣਗੇ ਤੇ ਸਰਕਾਰ ਦੀ ਵੀ ਗੱਲ ਰਹਿ ਜਾਏਗੀ ਜੀ। ਵੈਸੇ ਚਲੋ ਵੇਖਦੇ ਅੱਗੇ ਕੀ ਪਰਿਸਥਿਤੀਆਂ ਜਿਹੜੀਆਂ ਨੇ ਪੈਦਾ ਹੁੰਦੀਆਂ ਨੇ, ਅਤੇ ਹਰਿਆਣੇ ਦੇ ਵਿੱਚ ਜਿਹੜਾ ਕਿਸਾਨ ਸੰਘਰਸ਼ ਨੂੰ ਲੈ ਕੇ ਕਿਸ ਤਰ੍ਹਾਂ ਦਾ ਮਾਹੌਲ ਅੱਜ ਪੂਰੀ ਨਿਗਾਹ ਟਿੱਕੀ ਹੋਈ ਹੈ ਹਰਿਆਣੇ ਦੀ ਵੀ, ਅਤੇ ਇਹ ਵੀ ਪਤਾ ਚੱਲਿਆ ਕਿ ਪਿੰਡਾਂ ਦੇ ਵਿੱਚ ਵੀ ਜਿਹੜੀ ਹੈ BJP ਲਗਾਤਾਰ ਹਰਿਆਣੇ ਅਤੇ ਰਾਜਸਥਾਨ ਦੇ ਵਿੱਚ ਜ਼ੋਰ ਲਾ ਰਹੀ ਹੈ ਕਿਸਾਨਾਂ ਨੂੰ ਜਿਹੜਾ ਇਸ ਬਿੱਲ ਦੀਆਂ ਨਾਲ ਜੋੜਨ ਦੀ, ਕਿ ਇਹ ਕਿਸਾਨਾਂ ਨਾਲ ਅਲੱਗ ਹੋ ਜਾਣ। ਇਹ ਜਿਹੜੀਆਂ ਕੋਸ਼ਿਸ਼ਾਂ ਨੇ ਇਹ ਪਹਿਲੇ ਦਿਨ ਤੋਂ ਜਾਰੀ ਕੀਤੀਆਂ ਸੀ। ਇਹ ਕਿਸਾਨਾਂ ਨੂੰ ਪਾੜਨ ਦੀ ਨੀਤੀ ਸੀਗੀ, ਆਪਣੇ ਗਰੁੱਪ ਆਪਣੇ ਦਲ ਬਰਾਬਰ ਖੜੇ ਕਰਨ ਦੀ ਗੱਲ ਸੀ, ਲੇਕਿਨ ਸਰਕਾਰ ਜਿਹੜਾ ਲੋਕਾਂ ਨੇ ਕਿਸਾਨ ਨੇਤਾਵਾਂ ਨੇ ਲੋਕਾਂ ਨੂੰ ਸਮਝਾਇਆ ਔਰ ਲੋਕਾਂ ਦੇ ਸਮਝ ਆ ਗਿਆ ਵੀ ਸਾਨੂੰ ਪਾੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਸ ਕਰਕੇ ਕੱਲ ਵੀ ਜਦੋਂ ਇਹਨਾਂ ਦੀ ਟਰੈਕਟਰ ਮਾਰਚ ਤੋਂ ਬਾਅਦ ਰਾਜੋਵਾਲ ਕਿਸਾਨ ਨੇਤਾ ਨੇ ਅਪੀਲ ਕੀਤੀ ਸੀ ਵੀ ਤੁਸੀਂ ਕਿਸੇ ਵੀ ਗੱਲਾਂ ਚ ਨਾ ਆਓ, ਸਾਡੇ ਵਿੱਚ ਹੀ ਕਾਲੇ ਭੇੜੀਏ ਸਰਕਾਰ ਦੇ ਫਿਰਦੇ ਨੇ ਜਿਹੜੇ ਸਾਨੂੰ ਪਾੜਨ ਦੀ ਕੋਸ਼ਿਸ਼ ਵੀ ਕਰਨਗੇ, ਸਾਨੂੰ ਮਿਸਗਾਈਡ ਵੀ ਕਰਨਗੇ, ਫਾਲਤੂ ਦਾ ਪ੍ਰੋਪੋਗੰਡਾ ਵੀ ਕਰਨਗੇ, ਸਾਰੀਆਂ ਚੀਜ਼ਾਂ ਤੋਂ ਬਚਣਾ ਹੈ। ਏਜੰਸੀਆਂ ਜਿਹੜੀਆਂ ਨੇ ਇਸ ਗੱਲ ਤੇ ਲੱਗੀਆਂ ਹੋਈਆਂ ਨੇ ਵੀ ਕਿਸੇ ਤਰ੍ਹਾਂ ਅੰਦੋਲਨ ਤਾਰਪੀਡ ਹੋ ਜਾਏ, ਲੇਕਿਨ ਨਹੀਂ, ਇਹ ਬੜਾ ਅੱਛੀ ਗੱਲ ਹੈ ਕਿ ਕਿਸਾਨਾਂ ਦਾ ਏਕਾ ਕੰਮ ਆ ਰਿਹਾ ਹੈ। ਜਿੰਨੀ ਉਹਨਾਂ ਦੀ ਪੂਰੀ ਲੀਡਰਸ਼ਿਪ ਹੈ, ਉਹਨਾਂ ਦੇ ਆਪਸ ਦੇ ਇੱਕ ਦੂਜੇ ਦੀ ਪੂਰੀ ਗੱਲ ਮੰਨ ਰਹੇ ਨੇ, ਕੋਈ ਹੋੜ ਨਹੀਂ ਹੈ, ਕੋਈ ਇਸ਼ੂ ਨਹੀਂ ਹੈ, ਕਿਸੇ ਦਾ ਐਟੀਚਿਊਡ ਵਾਲੀ ਗੱਲ ਨਹੀਂ ਹੈ, ਤੇ ਇਹਨਾਂ ਗੱਲਾਂ ਤੋਂ ਹੀ ਲੱਗਦਾ ਕਿ ਕਿਸਾਨ ਜਿਹੜਾ ਹੈ ਜਿੱਤਣਗੇ, ਆਪਣਾ ਫੈਸਲਾ ਮਨਵਾ ਕੇ ਰਹਿਣਗੇ ਸਰਕਾਰ ਤੋਂ। ਰਹੀ ਗੱਲ ਜਿਹੜੀ ਪੰਚਾਇਤੀ ਲੈਵਲ ਤੇ ਜਾਂ ਪਿੰਡਾਂ ਦੇ ਲੈਵਲ ਤੇ BJP ਲੀਡਰ ਕਰ ਰਹੇ ਹੈ, ਉਹ ਤੁਹਾਨੂੰ ਮੈਂ ਦੱਸਦਾ ਕਿ ਹਰਿਆਣਾ ਦੇ ਵਿੱਚ ਤਾਂ BJP ਲੀਡਰਾਂ ਨੂੰ ਮੂੰਹ ਦਿਖਾਣੀ ਪਈ ਹੈ, ਪਿੰਡਾਂ ਦੇ ਵਿੱਚ ਲੋਕਾਂ ਨੇ ਉਹਨਾਂ ਨੂੰ ਪੂਰੀਆਂ ਖਰੀਆਂ ਸੁਣਾਈਆਂ ਨੇ ਕਿ ਤੁਸੀਂ ਕਿਹੜੇ ਮੂੰਹ ਦੇ ਨਾਲ ਕਿਸਾਨ ਹਿੱਤ ਦੀਆਂ ਗੱਲਾਂ ਕਰਦੇ ਹੋ। ਕਿਉਂਕਿ ਦੇਖੋ, ਇੱਕ ਬੜੀ ਮੋਟੀ ਜਿਹੀ ਗੱਲ ਹੈ, ਜੋ ਖੇਤੀਬਾੜੀ ਕਾਨੂੰਨ ਹੈ, ਜੋ ਇਹ
ਫੈਡਰਲ ਕਾਨੂੰਨ ਹੈ। ਫੈਡਰਲ ਦੇ ਵਿੱਚ ਕੀ ਹੈ ਕਿ ਸਟੇਟ ਗਵਰਨਮੈਂਟ ਦੇ ਵਿੱਚ ਸੈਂਟਰ ਦਖਲ ਨਹੀਂ ਦੇ ਸਕਦੀ। ਸਟੇਟ ਸਬਜੈਕਟ ਹੈ, ਫੈਡਰਲ ਨੇ ਸਟੇਟ ਦੇ ਕੁਝ ਪਰਸਨਲ ਰਾਈਟਸ ਨੇ ਜੀ। ਇਹ ਸਟੇਟ ਸਬਜੈਕਟ ਹੈ, ਨਾਟ ਕਿ ਫੈਡਰਲ। ਫੈਡਰਲ ਕੌਮਾਂਤਰੀ ਆ ਜਾਂਦਾ। ਸੌਰੀ, ਤੁਸੀਂ ਥੋੜਾ ਜਿਹਾ ਗੱਲ ਤੇ ਕਹੇਗੀ, ਸਲਿਪ ਆਫ ਟੰਗ ਹੋ ਗਈ ਤੁਹਾਡੀ। ਇਹ ਫੈਡਰਲ ਸਬਜੈਕਟ ਹੈ ਜਿਹੜਾ ਖੇਤੀਬਾੜੀ ਹੈ, ਇਹਦੇ ਵਿੱਚ ਕੇਂਦਰ ਆਪਦਾ ਥੋੜਾ ਮੋਟਾ ਰੁੱਖ ਰੱਖ ਸਕਦੀ ਹੈ, ਪਰ ਇਹ ਨਹੀਂ ਕਿ ਸਾਰੇ ਢਾਂਚੇ ਦਾ ਤਹਿਸ ਨਹਿਸ ਕਰਦੇ। ਜਿਹੜਾ ਸਰਕਾਰ ਨੇ ਕੰਸਟੀਟਿਊਸ਼ਨਲ ਰਾਈਟ ਦਿੱਤੇ ਹੋਏ ਨੇ ਉਹ ਠੀਕ ਹੈ, ਕੇਂਦਰ ਦੇ ਹੱਥ 'ਚ ਹੈ। ਲੇਕਿਨ ਜਿਹੜਾ ਸਟੇਟ ਵਾਈਜ਼, ਕਿਉਂਕਿ ਕਿਸੇ ਖੇਤ ਦੇ ਵਿੱਚ ਧਾਨ ਹੁੰਦਾ ਹੈ, ਕਿਸੇ ਦੇ ਵਿੱਚ ਕਣਕ ਹੁੰਦੀ ਹੈ, ਕਿਤੇ ਨਰਮੇ ਦੀ ਫਸਲ ਹੁੰਦੀ ਹੈ, ਹਰ ਸਟੇਟ ਦੀ ਆਪਣੇ ਆਪਣੀ ਵਾਤਾਵਰਨ ਦੇ ਹਿਸਾਬ ਨਾਲ ਖੇਤੀ ਹੁੰਦੀ ਹੈ। ਉਸ ਖੇਤੀ ਦੇ ਹਿਸਾਬ ਨਾਲ ਹੀ MSP MRP ਰੇਟ ਸਭ ਕੁਛ ਨਿਰਧਾਰਿਤ ਕੀਤਾ ਜਾਂਦਾ ਹੈ। ਉਸੇ ਹਿਸਾਬ ਨਾਲ ਹੀ ਸਟੇਟ ਗੌਰਮੈਂਟ ਜਿਹੜੀ ਹੈ ਉਹ ਰੂਲ ਤੈਅ ਕਰਦੀ ਹੈ। ਸੈਂਟਰ ਦੇ ਆਪਣੇ ਰੂਲ ਨੇ, ਸਟੇਟ ਦੇ ਆਪਣੇ ਰੂਲ ਨੇ, ਜਿੱਥੇ ਕਿਤੇ ਨਾ ਕਿਤੇ ਟਕਰਾ ਕੇ ਸੈਂਟਰ ਗੌਰਮੈਂਟ ਨੇ ਜੋ ਨਵੇਂ ਕਾਨੂੰਨ ਕੀਤੇ ਨੇ, ਸਟੇਟ ਦੇ ਸਾਰੇ ਹੱਕ ਸਸਪੈਂਡ ਕਰਕੇ ਸੈਂਟਰ ਦੇ ਹੱਥ ਲਏ ਗਏ ਨੇ। ਉਹ ਕ੍ਰਿਸ਼ੀ ਬਿੱਲ ਦੇ ਵਿੱਚ ਜਿਹੜਾ ਤੁਸੀਂ ਪੂਰਾ ਅਗਰ ਗੌਰਨਲ ਡਰਾਫਟ ਪੜਿਆ ਹੀ ਹੋਏਗਾ ਤੇ ਉਹਦੇ ਵਿੱਚ ਇਹ ਬੜਾ ਸਪਸ਼ਟ ਜਿਹਾ ਹੈ। ਉਸੇ ਗੱਲ ਦਾ ਮੁੱਦਾ ਬਣਾ ਕੇ ਹੀ ਕਿਸਾਨ ਸੁਪਰੀਮ ਕੋਰਟ ਗਏ ਨੇ ਜੀ, ਵੀ ਇਹ ਹੱਕ ਸੀ ਸਟੇਟ ਗੌਰਮੈਂਟ ਦਾ, ਫੈਸਲਾ ਕਰ ਰਹੀ ਹੈ ਸੈਂਟਰ ਗੌਰਮੈਂਟ। ਮੇਨ ਜਿਹੜਾ ਫੈਕਟ ਹੈ ਜਿਹੜਾ ਸੁਪਰੀਮ ਕੋਰਟ ਜਾਣਦਾ, ਉਹਦਾ ਪਹਿਲਾ ਫੈਕਟ ਇਹੀ ਹੈ, ਬਾਕੀ ਗੱਲਾਂ ਸਭ ਬਾਅਦ ਦੀਆਂ ਨੇ। ਲੇਕਿਨ ਅੱਜ ਉਮੀਦ ਜਤਾਈ ਜਾ ਰਹੀ ਹੈ ਕਿਉਂਕਿ 11 ਜਨਵਰੀ ਨੂੰ ਸੁਪਰੀਮ ਕੋਰਟ ਨੂੰ ਵੀ ਇਹਨਾਂ ਨੇ ਜਵਾਬ ਦੇਣਾ ਹੈ, ਇਸ ਕਰਕੇ ਅੱਜ ਉਮੀਦ ਜਤਾਈ ਜਾ ਰਹੀ ਹੈ ਵੀ ਕੋਈ ਨਾ ਕੋਈ ਫੈਸਲਾ ਜ਼ਰੂਰ ਹੱਲ ਨਿਕਲ ਆਏਗਾ। ਔਰ ਪਰਮਾਤਮਾ ਤੋਂ ਇਹ ਦੁਆ ਵੀ ਕਰਦੇ ਹਾਂ ਕਿ ਠੰਡ ਦੇ ਔਰ ਮੌਸਮ ਨੂੰ ਵੇਖਦੇ ਹੋਏ ਕੋਈ ਨਾ ਕੋਈ ਹੱਲ ਨਿਕਲਣਾ ਚਾਹੀਦਾ, ਕਿਉਂਕਿ 70 ਤੋਂ ਜ਼ਿਆਦਾ ਕਿਸਾਨ ਜਿਹੜਾ ਆਪਣਾ ਇਸ ਅੰਦੋਲਨ 'ਚ ਜਾਨਾਂ ਗਵਾ ਚੁੱਕੇ ਨੇ। ਅੱਜ ਇਸ ਮੀਟਿੰਗ ਦੇ ਵਿੱਚ ਇਸ ਗੱਲ ਦਾ ਵੀ ਮੁੱਦਾ ਉਠਾਇਆ ਗਿਆ ਹੈ ਕਿ ਜਿਹੜੇ 70-72 ਲੋਕਾਂ ਦੀ ਸ਼ਹੀਦੀ ਹੋਈ ਹੈ ਉਹਨਾਂ ਨੂੰ ਸ਼ਹੀਦ ਦਾ ਦਰਜਾ ਦਿੱਤਾ ਜਾਏ, ਉਹਨਾਂ ਦੇ ਪਰਿਵਾਰਾਂ ਨੂੰ ਜਿਹੜਾ ਆਰਥਿਕ ਮੁਆਵਜ਼ਾ ਦਿੱਤਾ ਜਾਏ ਤੇ ਉਹਨਾਂ ਦੇ ਘਰੇ ਪੈਨਸ਼ਨ ਲਾਈ ਜਾਏ ਜੀ। ਜਦਕਿ ਪ੍ਰਾਈਵੇਟ NGOs ਨੇ, ਚਾਹੇ ਉਹ ਸਰਬੱਤ ਦਾ ਭਲਾ ਹੈ, ਉਹ SPS ਉਬਰਾਏ ਨੇ ਘੋਸ਼ਣਾ ਕੀਤੀ ਹੈ ਕਿ ਹਰ ਉਹਨਾਂ ਦੀ ਵਿਡੋ ਨੂੰ 10,000 ਰੁਪਏ ਮਹੀਨਾ ਦਿੱਤਾ ਜਾਏਗਾ। ਔਰ ਜਿਹੜੇ ਕਾਂਗਰਸ ਦੇ ਵਿਧਾਇਕ ਨੇ ਹਰਿਆਣਾ ਦੇ, ਉਹਨਾਂ ਨੇ ਕਿਹਾ ਹਰਿਆਣਾ ਦੇ ਕਿਸਾਨ ਜਿੰਨੇ ਸ਼ਹੀਦ ਹੋਏ ਨੇ ਉਹਨਾਂ ਨੂੰ 2,00,000 ਰੁਪਏ ਦੇਵਾਂਗੇ। ਤਾਂ ਅੱਜ ਉਹ ਮੁੱਦੇ ਦੀ ਗੱਲ ਇਹ ਵੀ ਉੱਠੀ ਵੀ ਸਰਕਾਰ ਵੀ ਕੁਛ ਨਾ ਕੁਛ ਕਰੇ, ਉਹਨਾਂ ਨੂੰ ਸ਼ਰਧਾਂਜਲੀ ਦੇ, ਸ਼ਰਧਾ ਦੇ ਫੁੱਲ ਭੇਟ ਕਰਨ ਦੇ ਨਾਲ ਨਾਲ ਉਹਨਾਂ ਦੇ ਘਰੇ ਆਰਥਿਕ ਮੁਆਵਜ਼ਾ ਦੇਵੇ, ਤੇ ਜਾਂ ਉਹਨਾਂ ਦੇ ਇੱਕ ਇੱਕ ਪਰਿਵਾਰ ਨੂੰ ਸਰਕਾਰੀ ਨੌਕਰੀ ਦੇਵੇ, ਉਸ ਤੋਂ ਇਲਾਵਾ ਉਹਨਾਂ ਦੀ ਪੈਨਸ਼ਨ ਫਿਕਸ ਕਰੇ। ਇਹ ਗੱਲਾਂ ਵੀ ਅੱਜ ਦੀ ਮੀਟਿੰਗ ਵਿੱਚ ਉੱਠੀਆਂ ਨੇ ਜੀ। ਬਹੁਤ ਬਹੁਤ ਮਿਹਰਬਾਨੀ ਤੁਹਾਡੀ। ਅੱਛਾ, ਜਾਂਦੇ ਜਾਂਦੇ ਉਹ ਦੱਸਿਓ ਜਿਹੜੇ ਆਪਣੇ ਜੀ, ਚਲੋ ਲਾਈਨ ਟੁੱਟ ਗਈ ਜੀ, ਤੇ ਮੇਰੇ ਨਾਲ ਹੁਣ ਗੁਰਦਰਸ਼ਨ ਜੀ ਜੁੜ ਗਏ ਨੇ। ਗੁਰਦਰਸ਼ਨ ਜੀ, ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਕਹਿੰਦੇ ਯੂਥ ਅਕਾਲੀ ਦਲ ਨੇ ਕੈਪਟਨ ਦੇ ਪੁਤਲੇ ਫੂਕਣ ਦਾ ਐਲਾਨ ਕਰ ਦਿੱਤਾ ਜੀ। ਬਿਲਕੁਲ ਜੀ, ਹੁਣ ਸਰਗਰਮ ਰਹਿਣ ਵਾਸਤੇ ਕੁਛ ਨਾ ਕੁਛ ਤਾਂ ਕਰਨਾ ਹੀ ਪੈਣਾ ਨਾ, ਪਰ ਉਹ ਇੱਕ ਅੱਧਾ ਮੁੱਦਾ ਲੱਭ ਕੇ ਤੇ ਉਸੇ ਨੂੰ ਪਿੱਟੀ ਜਾਂਦਾ ਜਿਵੇਂ ਸੱਪ ਲੰਘ ਜਾਂਦਾ ਤੇ ਲੀਹ ਕੁੱਟਦੇ ਨਾ ਲੋਕ, ਉਸ ਤਰੀਕੇ ਦੇ ਨਾਲ ਜਿਹੜਾ ਹੈਗਾ ਉਹ ਜਿਹੜਾ ਕਲਾਕਾਰ ਸ਼੍ਰੀ ਬਰਾੜ ਸੀਗਾ ਜਿਹਨੇ ਕਿਸਾਨ ਐਂਥਮ ਤੇ ਗਾਇਆ ਸੀਗਾ ਜੀ, ਗਾਣਾ ਗਾਇਆ ਸੀ ਉਹਦੇ ਤੇ ਪਰਚੇ ਨੂੰ ਲੈ ਕੇ, ਜਿਹੜਾ ਵੀ ਇਹ ਕੈਪਟਨ ਨੇ ਇਹ ਮਾੜਾ ਕੀਤਾ ਹੈ, ਕੈਪਟਨ ਕਿਸਾਨ ਵਿਰੋਧੀ ਹੈ ਯੂਥ ਅਕਾਲੀ ਦਲ ਦਾ ਕਹਿਣਾ, ਤਾਂ ਇਹ ਕੈਪਟਨ ਨੇ ਜਿਹੜਾ ਇਹ ਪਰਚਾ ਕਰਕੇ ਆਪਣੇ ਕਿਸਾਨ ਵਿਰੋਧੀ ਹੋਣ ਦਾ ਜਿਹੜਾ ਸਬੂਤ ਦਿੱਤਾ ਜੀ। ਬਾਕੀ ਹਾਂਜੀ, ਉਸ ਤੋਂ ਪਹਿਲਾਂ ਵੀ ਕੈਪਟਨ ਨੇ ਜਿਹੜਾ ਇਹਨਾਂ ਕਾਨੂੰਨਾਂ ਦੇ ਵਿੱਚ ਵੀ ਜਿਹੜਾ ਉਹ ਹਾਂ ਦੀ ਗੱਲ ਕੀਤੀ ਹੋਈ ਹੈ, ਇਹਨਾਂ ਸਾਰੀਆਂ ਗੱਲਾਂ ਨੂੰ ਰਲਾ ਮਰਲਾ ਕੇ ਇੱਕ ਮੁੱਦਾ ਬਣਾ ਕੇ ਤੇ ਇੱਕ ਆਪਦਾ ਉਹ ਚਰਚਾ ਚ ਆਉਣ ਨੂੰ ਲੈ ਕੇ ਉਹ ਕੱਲ ਨੂੰ ਯੂਥ ਅਕਾਲੀ ਦਲ ਜਿਹੜਾ ਹੈ ਉਹ ਫਿਰੋਜ਼ਪੁਰ ਦੇ ਵਿੱਚ ਜਿਹੜਾ ਹੁਣੇ ਮੈਸੇਜ ਲੱਗਾ ਸੀਗਾ ਕਿ ਇਹਨਾਂ ਨੇ ਕੱਲ ਨੂੰ ਪੁਤਲਾ ਫੂਕਣਾ, ਤਾਂ ਇਹ ਯੂਥ ਅਕਾਲੀ ਦਲ ਕੱਲ ਨੂੰ ਇੱਥੇ ਪੁਤਲੇ ਫੂਕ ਰਿਹਾ ਕੈਪਟਨ ਦੇ। ਸਰਗਰਮ ਕਿਵੇਂ ਰੱਖਣਾ ਕਿ ਵੀ ਇਸ ਚੀਜ਼ ਦੇ ਬਹਾਨੇ ਲੋਕਾਂ ਦੇ ਨੇੜੇ ਹੋਣ ਦੀ ਗੱਲ ਕਰ ਰਹੇ ਆ, ਉਵੇਂ ਕੋਈ ਵੀ ਲੀਡਰ ਅਕਾਲੀ ਦਲ ਦਾ ਪਿੰਡਾਂ 'ਚ ਜਾ ਕੇ ਵੇਖੇ, ਕਾਂਗਰਸ ਦਾ ਹੀ ਭਾਵੇਂ ਮੌਜੂਦਾ ਸਰਕਾਰ ਆ ਕਾਂਗਰਸ ਦਾ ਹੀ ਜਾ ਕੇ ਦੇਖ ਲਵੇ, ਲੋਕਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪੈ ਜੂਗਾ ਉਹਨੂੰ। BJP ਵਾਲੇ ਤਾਂ ਚਲੋ ਮੂੰਹ ਹੀ ਨੀ ਕੱਢਦੇ, ਠੀਕ ਹੈ ਨਾ ਜੀ,
ਬੀਜੇਪੀ ਵਾਲੇ ਤਾਂ ਮੂੰਹ ਹੀ ਨਹੀਂ ਕੱਢਦੇ ਤੇ ਇਹਨਾਂ ਨੂੰ ਵਿਰੋਧ ਦਾ ਸਾਹਮਣਾ ਕਰਨਾ ਪੈਂਦਾ। ਹੁਣ ਲੋਕਾਂ ਦੇ ਨੇੜੇ ਹੋਣ ਲਈ ਇਹ ਇੱਕ ਨਵੇਂ ਨਵੇਂ ਬਹਾਨੇ ਲੱਭਦੇ ਵੀ ਇਸ ਬਹਾਨੇ ਨਾਲ ਅਸੀਂ ਲੋਕਾਂ ਦੇ ਵਿੱਚ ਵਿੱਚ ਵਿਚਰਦੇ ਰਹੀਏ, ਲੋਕਾਂ ਦੇ ਸਾਡੀ ਛਾਪ ਜਿਹੜੀ ਉਹ ਬਣੀ ਰਹੇ। ਇਸੇ ਕਰਕੇ ਸੁਖਬੀਰ ਬਾਦਲ ਵੀ 17 ਜਨਵਰੀ ਨੂੰ ਫਿਰੋਜ਼ਪੁਰ ਆ ਰਹੇ, ਤਾਂ ਭਾਵੇਂ ਕਿ ਲੰਮੇ ਸਮੇਂ ਤੋਂ ਉਹਨਾਂ ਨੇ ਫਿਰੋਜ਼ਪੁਰ ਨੂੰ ਵਸਾਰਿਆ ਹੋਇਆ ਸੀਗਾ ਆਪਣੇ ਚੇਤਿਆਂ ਚੋਂ ਜੀ, ਤੇ ਜਿਵੇਂ ਉਹ ਇੱਕ ਪਾਕਿਸਤਾਨ ਦੀ ਹੈਗੀ ਸੀ ਨਾ ਗੱਲ, ਉਹ ਕਹਿੰਦਾ ਵੀ ਤੂੰ ਮੇਰੇ ਜ਼ਿਹਨ 'ਚ ਹੈ, ਕਾਮੇ ਮਰਾਸੀ ਨੂੰ ਕਹਿੰਦਾ ਸੀ ਵੀ ਤੂੰ ਮੇਰੇ ਜ਼ਿਹਨ 'ਚ ਹੈ ਹਨਾ, ਉਹ ਜ਼ਿਹਨ ਦੇ ਵਿੱਚੋਂ ਸੁਖਬੀਰ ਬਾਦਲ ਨੇ ਫਿਰੋਜ਼ਪੁਰ ਨੂੰ ਕੱਢਿਆ ਹੋਇਆ ਸੀ ਤੇ ਹੁਣ ਚੇਤੇ ਪਤਾ ਕਿਉਂ ਫਿਰੋਜ਼ਪੁਰ ਆਇਆ ਜੀ, ਕਿਉਂਕਿ MLA ਫਿਰੋਜ਼ਪੁਰ ਸ਼ਹਿਰੀ ਪਰਮਿੰਦਰ ਸਿੰਘ ਪਿੰਕੀ ਨੇ ਪਿੱਛੇ ਜੇ PGI ਦਾ ਨੀਂਹ ਪੱਥਰ ਰੱਖਤਾ। ਅੱਛਾ ਜੀ, ਸਰਕਾਰੀ ਪ੍ਰੋਟੋਕੋਲ ਕੀ ਹੁੰਦੇ ਨੇ ਉਹ ਸਾਰਿਆਂ ਨੂੰ ਪਤਾ, ਦਾਨੇ ਵਾਲੇ ਸਾਹਿਬ, ਇਹ ਜਿਹੜਾ PGI ਆ ਇਹ ਸੈਂਟਰ ਗੌਰਮੈਂਟ ਦਾ ਇੱਕ ਪ੍ਰੋਜੈਕਟ ਹੈ, ਉੱਥੇ ਸੈਂਟਰ ਗੌਰਮੈਂਟ ਹੀ ਦਾ ਵੱਡਾ ਮਿਨਿਸਟਰ ਹੀ ਇੱਥੇ ਆ ਕੇ ਉੱਥੋਂ ਹੀ ਕੋਈ ਆ ਕੇ ਸ਼ਖਸੀਅਤ ਜਿਹੜੀ ਆ ਉਹਦਾ ਨੀਂਹ ਪੱਥਰ ਰੱਖ ਸਕਦੀ ਆ। ਉੱਥੋਂ ਬਾਅਦ ਵਿੱਚ ਇੱਥੋਂ ਦਾ MP ਨਾਲ ਇੱਕ ਉਹਦਾ ਨੀਂਹ ਪੱਥਰ ਤੇ ਨਾਮ ਹੁੰਦਾ, ਉਸ ਤੋਂ ਬਾਅਦ ਜਿਹੜਾ ਮੈਨੂੰ ਲੱਗਦਾ DC ਦਾ ਨਾਮ ਹੁੰਦਾ, ਹੋਰ MLA ਦਾ ਵੀ ਹੋ ਜਾਂਦਾ। ਹਾਂਜੀ, ਮੈਨੂੰ ਨੀ ਲੱਗਦਾ ਕਿ MLA ਦਾ ਵੀ ਹੁੰਦਾ ਜੀ, ਪਰ ਹੋ ਸਕਦਾ ਕਿ MLA ਦਾ ਵੀ ਜਿਹੜਾ ਉਸ ਹਲਕੇ ਨੂੰ ਪੈਂਦਾ ਹੋਵੇ ਉਹਦਾ ਹੁੰਦਾ ਹੋਵੇ। ਤਾਂ ਇਹ ਸਾਡੇ MLA ਸਾਹਿਬ ਨੇ ਜਿਹੜੀ ਆ ਪਹਿਲ ਕਦਮੀ ਕਰਦਿਆਂ ਜਾਂ ਕਿਸੇ ਵੀ ਤਰੀਕੇ ਨਾਲ, ਤੁਸੀਂ ਕਹਿ ਲਓ ਵੀ ਇਹਨਾਂ ਨੇ ਨੀਂਹ ਪੱਥਰ, ਇਹਨਾਂ ਦਾ ਜਨਮ ਦਿਨ ਸੀਗਾ ਇੱਕ ਜਨਵਰੀ ਨੂੰ, ਅੱਛਾ ਜੀ, ਜਨਵਰੀ ਨੂੰ ਉਹਦਾ ਬਹਾਨਾ ਬਣਾ ਕੇ ਇਹਨਾਂ ਨੇ, ਤੇ ਬਾਅਦ ਚ DC ਨੂੰ ਵੀ ਜਦੋਂ ਪੱਤਰਕਾਰਾਂ ਸਵਾਲ ਕੀਤੇ ਭਾਈ ਤੁਸੀਂ ਕਿਵੇਂ ਚਲੇ ਗਏ, ਨਹੀਂ ਨਹੀਂ ਉਹਨਾਂ ਦਾ ਜਾਂ ਓਪੋਜੀਸ਼ਨ ਵਾਲਿਆਂ ਨੇ ਪੁੱਛਿਆ, ਨਾਂ ਨਹੀਂ ਲਵਾਂਗਾ, ਓਪੋਜੀਸ਼ਨ ਦਾ ਮਿਨਿਸਟਰ ਜਿਹੜਾ ਹੈਗਾ ਉਹਨਾਂ ਦੇ ਪਰਿਵਾਰਕ ਮੈਂਬਰਾਂ ਨਾਲ ਗੱਲ ਹੋਈ, ਉਹਨਾਂ ਨੇ ਜਦੋਂ ਪੁੱਛਿਆ ਤਾਂ DC ਦਾ ਕਹਿਣਾ ਸੀ ਨਹੀਂ ਜੀ ਨਹੀਂ, ਉਹ ਤਾਂ ਕਹਿੰਦੇ ਸੀ ਕਿ ਮੇਰਾ ਬਰਥਡੇ ਆ ਤੇ ਉੱਥੇ ਆਪਾਂ ਨਾ ਕੇਕ ਕੱਟਣਾ, ਉਹ ਕੇਕ ਕੱਟਣ ਦੇ ਬਹਾਨੇ ਨਾਲ ਇਹਨਾਂ ਨੇ ਨੀਂਹ ਪੱਥਰ ਰੱਖਿਆ। ਪਰ ਚਲੋ ਜੋ ਵੀ ਹੈ ਉਹ MLA ਆ ਹਲਕੇ ਦਾ, ਕਰ ਸਕਦਾ ਹੋਵੇਗਾ। ਉਸ ਜਿਹੜੀ ਚੀਜ਼ ਸੀ ਉਹ ਘਬਰਾਹਟ ਸੀ ਅਕਾਲੀ ਦਲ ਦੇ ਵਿੱਚ ਉਦੋਂ ਦੀ ਕਿ MLA ਨੇ ਨੀਂਹ ਕਿਵੇਂ ਰੱਖਤਾ, PGI ਦਾ ਨੀਂਹ ਪੱਥਰ ਕਿਵੇਂ ਰੱਖਤਾ, ਉਹਨੂੰ ਇਹ ਵੀ ਜਿਹੜਾ ਹੈਗਾ ਸੁਖਬੀਰ ਬਾਦਲ ਦੇ ਵਿੱਚ ਵੀ ਸਾਰੇ ਖੇਮੇ ਚ ਘਬਰਾਹਟ ਸੀ। 17 ਜਨਵਰੀ ਨੂੰ ਉਹ ਵੀ ਆ ਰਹੇ ਆ, ਕੱਲ ਜਿਹੜੇ ਪੁਤਲੇ ਫੂਕ ਰਹੇ ਆ। ਬਾਕੀ ਜਿਹੜੀ ਇੱਕ ਮੈਂ ਨਾਲ ਹੋਰ ਗੱਲ ਕਰਦਾ, ਇੱਕ ਦਿਨ ਆਪਾਂ ਜ਼ਿਕਰ ਕੀਤਾ ਸੀ ਕਿ ਫਿਰੋਜ਼ਪੁਰ ਸ਼ਹਿਰੀ ਹਲਕੇ ਦੇ ਸਾਡੇ MLA ਪਰਮਿੰਦਰ ਪਿੰਕੀ ਤੇ ਫਿਰੋਜ਼ਪੁਰ ਦਿਹਾਤੀ ਹਲਕੇ ਦੀ ਵਿਧਾਇਕਾ ਸਰਕਾਰ ਕੌਰ ਗਹਿਰੀ, ਇਹਨਾਂ ਦੋ ਦਾ ਕਾਂਟੋ ਕਲੇਸ਼ ਬਹੁਤ ਜ਼ਿਆਦਾ ਚੱਲਦਾ ਸੀ, ਜਿਹਦੇ ਚੱਲਦਿਆਂ ਲਾਡੀ ਗਹਿਰੀ ਜਿਹੜਾ ਸਤਿਕਾਰ ਕੌਰ ਦਾ ਘਰ ਵਾਲਾ ਹੈ, ਉਹਨੇ ਆਪਣਾ ਇੱਕ ਗੁਰਜੀਤ ਸਿੰਘ ਪੁੱਤਰ ਗੱਜਣ ਸਿੰਘ ਵਾਸੀ ਪਿੰਡ ਨਵਾਂ ਪੂਰਬਾ ਜ਼ਿਲ੍ਹਾ ਫਿਰੋਜ਼ਪੁਰ, ਫਰੀਦਕੋਟ ਰੋਡ ਦੇ ਉੱਤੇ ਪਹਿਲਾ ਪਿੰਡ ਪੈਂਦਾ, ਉੱਥੋਂ ਦਾ ਨੌਜਵਾਨ ਸੀ, ਉਹਨਾਂ ਦਾ ਚੰਗਾ ਨੇੜਲਾ ਸੀਗਾ, ਇਹਨੂੰ ਇਹਨਾਂ ਨੇ ਵਾਈਸ ਚੇਅਰਮੈਨ ਲਾਇਆ ਸੀਗਾ ਮਾਰਕੀਟ ਕਮੇਟੀ ਛਾਉਣੀ ਦਾ। ਜੀ ਜੀ, ਉਹ ਸਾਡੇ ਜਿਹੜੇ ਫਿਰੋਜ਼ਪੁਰ ਸ਼ਹਿਰੀ ਹਲਕੇ ਦੇ MLA ਆ, ਇਹਨਾਂ ਨੇ ਲਾਹ ਦਿੱਤਾ ਸੀਗਾ ਆਪਦੇ ਕਿਸੇ ਕਾਨੂੰਨੀ ਦਾ ਪੇਸ਼ ਦੇ ਨਾਲ। ਜੀ, ਉਹ ਜਿਹੜਾ ਮੁੰਡਾ ਸੀ ਉਹਨੂੰ ਫਿਰ ਹੁਣ ਜਿਹੜਾ MLA ਸਤਿਕਾਰ ਕੌਰ ਗਹਿਰੀ ਨੇ ਅੱਜ ਲਵਾ ਦਿੱਤਾ ਹੈ ਜੀ ਡਾਇਰੈਕਟਰ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਵੱਲੋਂ ਜਿਹੜਾ ਹੈਗਾ ਜਾਰੀ ਹੋਇਆ ਪੱਤਰ, ਇਹਨੂੰ ਜਿਹੜਾ ਪੰਜਾਬ ਮੰਡੀ ਬੋਰਡ ਦਾ ਡਾਇਰੈਕਟਰ ਲਾ ਦਿੱਤਾ, ਦੋ ਡਾਇਰੈਕਟਰ ਲਾਏ, ਸਤਨਾਮ ਸਿੰਘ ਸੇਖੋਂ ਇਹ ਵਾਸੀ ਇਹ ਪੱਟੀ ਦਾ ਜੀ ਜਿਹੜਾ ਤਰਨ ਤਾਰਨ ਦਾ। ਅੱਛਾ ਜੀ, ਇੱਕ ਜਿਹੜਾ ਇਹ ਮੁੰਡਾ ਜਿਹਨੂੰ ਵਾਈਸ ਚੇਅਰਮੈਨ ਤੋਂ ਲਾ ਦਿੱਤਾ ਸੀ ਇਹ ਹੁਣ ਡਾਇਰੈਕਟਰ ਲੱਗ ਗਿਆ ਪੰਜਾਬ ਮੰਡੀ ਬੋਰਡ ਦਾ। ਅੱਛਾ ਜੀ, ਫਿਰੋਜ਼ਪੁਰ ਦੀਆਂ ਖਬਰਾਂ ਰਹੀਆਂ ਜੀ, ਘਟਨਾ ਕਰ ਦਿੱਤੀਆਂ। ਮੌਸਮ ਜਿਹੜਾ ਉਹ ਸੂਰਜ ਤਾਂ ਮਾੜਾ ਮੋਟਾ ਨਿਕਲਦਾ ਰਿਹਾ, ਮਤਲਬ ਕੀ ਹੈ ਬਾਰਿਸ਼ ਤੋਂ ਬਿਨਾਂ ਨਿਖਰਨਾ ਨਹੀਂ ਹੈ ਜੀ ਜੀ, ਕਿਉਂਕਿ ਬਾਕਿਆ ਠੰਡ ਅੱਜ ਕਾਫੀ ਹੈ ਜੀ, ਤੇ ਚਲੋ ਕੋਰਾ ਤਾਂ ਨਹੀਂ ਪੈ ਰਿਹਾ ਇੰਨੀ ਕੁ ਤਾਂ ਗੱਲ, ਮੈਨੂੰ ਲੱਗਦਾ ਕੋਰੇ ਵਾਲੀ ਸਥਿਤੀ ਕਰਕੇ ਫਿਰ ਕੋਰਾ ਨਹੀਂ ਪੈ ਰਿਹਾ ਬਿਲਕੁਲ, ਤੇ ਪਰ ਬੱਦਲਬਾਈ ਪੂਰੀ ਹੈ, ਮੀਂਹ ਕਣੀ ਪੈ ਗਿਆ,
ਇੱਕ ਇੱਕ ਪਾਣੀ ਵੀ ਹੈ ਜੀ। ਹੁਣ ਕਿਸਾਨਾਂ ਨੇ ਫਸਲਾਂ ਜਿਹੜੀਆਂ ਗੇਤੀਆਂ ਪਛੇਤੀਆਂ ਉਹਨਾਂ ਨੂੰ ਪਾਣੀ ਲਾਇਆ ਹੁੰਦਾ, ਉਹ ਫਿਰ ਤਾਂ ਉਹਨੂੰ ਸਾਰਾ ਦਿਨ ਵਹਿੰਦੇ ਰਹਿੰਦੇ ਵੀ ਯਾਰ ਮੀਂਹ ਦਾ ਮੌਸਮ ਤਾਂ ਨੀ ਪੈਂਦਾ, ਪਾਣੀ ਲਾਉਣਾ ਹੈ, ਕਣਕ ਪੀਲੀ ਨਾ ਪੈ ਜਾਵੇ, ਨਾਲੀ ਨਾ ਚੜ ਜਾਵੇ, ਹਨਾ ਜੀ, ਬਾਅਦ ਚ ਤਾਂ ਸਿੱਟਾ ਨਾ ਕਿਤੇ ਪਤਲਾ, ਦਾਣਾ ਨਾ ਪਤਲਾ ਹੋ ਜਾਵੇ, ਉਹ ਕਈ ਗੱਲਾਂ ਕਿਆਸ ਨਹੀਂ। ਉਹਦੇ ਕਰਕੇ ਕਿਸਾਨਾਂ ਚ ਘਬਰਾਹਟ ਰਹਿੰਦੀ ਹੈ ਵੀ ਹੁਣ ਪਾਣੀ ਲਾਇਆ ਸੀ, ਉੱਤੋਂ ਜੇ ਬਾਰਿਸ਼ ਹੋ ਗਈ ਡਬਲ ਪਾਣੀ ਹੋ ਗਿਆ ਤਾਂ ਕਣਕ ਤੀਲੀ ਛੱਡ ਜਾਂਦੀ ਹੈ ਜਾਂ ਉਹ ਪੀਲੀ ਪੈ ਜਾਂਦੀ। ਹਾਂ ਬਿਲਕੁਲ ਬਿਲਕੁਲ ਬਿਲਕੁਲ, ਪੀਲੀ ਤਾਂ ਥੋੜ੍ਹੀ ਜਿਹੀ ਕਈ ਵਾਰੀ ਜੇ ਦੋ ਚਾਰ ਦਿਨ ਬੱਦਲਵਾਈ ਪੈ ਜਾਵੇ, ਧੁੰਦ ਪੈ ਜਾਵੇ, ਪੀਲੀ ਪੈ ਜਾਂਦੀ ਹੈ, ਪਰ ਕਿਸਾਨ ਕਹਿੰਦੇ ਜਿਹੜੇ ਸਾਡੇ ਵੀਰ ਨੇ ਉਹ ਯੂਰੀਆ ਸੁੱਟਣ ਲੱਗ ਪੈਂਦੇ ਆ, ਪਰ ਖੇਤੀਮਾਰ ਕਹਿੰਦੇ ਕਿ ਉਹ ਇੰਨੀ ਧੁੱਪ ਪੈਣ ਦਿਓ ਆਪਣੇ ਉਹ ਕਾਲੀ ਫੇਰ ਪੈ ਜਾਊਗੀ, ਕਾਲੀ ਫੇਰ ਹੋ ਜਾਂਦੀ। ਜੀ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ, ਸ਼ੁਕਰੀਆ, ਮਿਹਰਬਾਨੀ। ਅਤੇ ਹੁਣ ਮੋਗੇ ਵੱਲ ਦਾ ਰੁੱਖ ਕਰਦੇ ਹਾਂ, ਅਤੇ ਮੋਗੇ ਬੜੀ ਅਹਿਮ ਖਬਰ ਆ ਰਹੀ ਹੈ ਜਿੱਥੋਂ ਕਹਿੰਦੇ ਜੀਓ ਦੇ ਟਾਵਰ ਨੂੰ ਅੱਗ ਲਾਉਣ ਦੀ ਕੋਸ਼ਿਸ਼ ਕੀਤੀ ਗਈ। ਸੂਰਜ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਇਹ ਕਿੱਥੋਂ ਦੀ ਖਬਰ ਆ ਜੀ? ਕਹਿੰਦੇ ਜੀਓ ਦੇ ਟਾਵਰ ਨੂੰ ਅੱਗ ਲਾਉਣ ਦੀ ਕੋਸ਼ਿਸ਼ ਕਰ ਦਿੱਤੀ ਗਈ ਹੈ, ਬੜਾ ਹਿੰਸਕ ਮਾਹੌਲ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪੰਜਾਬ 'ਚ। ਬਿਲਕੁਲ, ਇਹ ਹਲਕਾ ਬਾਘਾ ਪੁਰਾਣਾ ਦੇ ਪਿੰਡ ਰੋਡੇ ਦੇ ਕੋਲ ਖਬਰ ਆ ਰਹੀ ਹੈ। ਉੱਥੇ ਜੀਓ ਦੇ ਟਾਵਰ ਨੂੰ ਬੀਤੀ ਰਾਤ ਕੋਈ 11 ਵਜੇ ਦਾ ਜਿਹੜਾ ਬੰਦੇ ਨੇ ਟਾਈਮ ਦੱਸਿਆ ਹੈਗਾ 11 ਵਜੇ ਇੱਥੇ ਅੱਗ ਕਿਸੇ ਵੱਲੋਂ ਲਗਾਈ ਗਈ ਹੈਗੀ। ਹਾਲਾਂਕਿ ਕੁਛ ਪਤਾ ਨੀ ਲੱਗ ਪਾਇਆ ਕਿਉਂਕਿ ਉੱਥੇ ਨਾ ਤਾਂ ਕੋਈ ਸੀਸੀਟੀਵੀ ਕੈਮਰਾ ਸੀ ਔਰ ਨਾ ਹੀ ਕਿਸੇ ਨੇ ਪ੍ਰਤਿਅਕਸ਼ ਸਾਕਸ਼ੀ ਨੇ ਦੇਖਿਆ ਹੋਇਆ। ਪਰ ਕਿਸੇ ਬੰਦੇ ਵੱਲੋਂ ਜਦੋਂ ਦੇਖਿਆ ਗਿਆ ਥੋੜੀ ਦੇਰ ਮਗਰੋਂ, ਤੇ ਉਹਨੇ ਪਿੰਡ ਦੇ ਸਰਪੰਚ ਨੂੰ ਤੇ ਸਾਬਕਾ ਸਰਪੰਚ ਨੂੰ ਦੱਸਿਆ ਤੇ ਉਹਨਾਂ ਨੇ ਮੌਕੇ ਤੇ ਆ ਕੇ ਅੱਗ ਬੁਝਾਊ ਯੰਤਰ ਜਿਹੜਾ ਹੁੰਦਾ ਵਾ ਉਹਨੂੰ ਲਿਆ ਕੇ ਅੱਗ ਨੂੰ ਬੁਝਾਤਾ, ਕਿਉਂਕਿ ਹਜੇ ਅੱਗ ਸ਼ੁਰੂ ਹੀ ਹੋਈ ਸੀਗੀ ਜੀ, ਨੁਕਸਾਨ ਨੀ ਹੋਇਆ। ਪਰ ਉਸ ਤੋਂ ਪਹਿਲਾਂ ਜਦੋਂ ਉੱਥੇ ਬੰਦੇ ਪਹੁੰਚੇ ਉਹਨਾਂ ਨੇ ਆਪਦੀ ਘਟਨਾ ਨੂੰ ਅੰਜਾਮ ਦੇ ਕੇ ਭਰੋਪੂ ਚੱਕਰ ਹੋ ਗਏ। ਪਰ ਹੈਰਾਨੀ ਵਾਲੀ ਗੱਲ ਇਹ ਵੀ ਹੈ, ਜਦੋਂ ਅੱਗ ਬੁਝਾਉਣ ਤੋਂ ਬਾਅਦ ਆਪਣੇ ਬੰਦੇ ਚਲੇ ਗਏ ਪਿੰਡ ਦੇ ਸਰਪੰਚ ਤੋਂ ਚਲੇ ਗਏ, ਉਸ ਤੋਂ ਬੀਤੀ ਦੇਰ ਰਾਤ ਉਸ ਤੋਂ ਬਾਅਦ ਫਿਰ ਮੀਟਰ ਜਿਹੜਾ ਉਹਨਾਂ ਦਾ ਬਿਜਲੀ ਦਾ ਲੱਗਾ ਹੈਗਾ ਖੰਭੇ ਤੇ, ਉਹਨੂੰ ਵੀ ਤੋੜ ਦਿੱਤਾ ਗਿਆ ਔਰ ਬਿਜਲੀ ਦੇ ਜਿਹੜਾ ਤਾਰਾਂ ਹੈਗੀਆਂ ਵਾ ਕਨੈਕਸ਼ਨ ਉਹ ਵੀ ਕੱਟ ਦਿੱਤੇ ਗਏ। ਇਹ ਘਟਨਾ ਉਸ ਤੋਂ ਬਾਅਦ ਹੋਈ ਹੈਗੀ ਹੈ। ਉਸ ਤੋਂ ਮੌਕੇ ਤੇ ਪੁਲਿਸ DSP ਸਾਹਿਬ, SHO ਸਾਰੇ ਉੱਥੇ ਮੌਕੇ ਤੇ ਪਹੁੰਚੇ ਆ, ਮਾਮਲੇ ਦੀ ਜਾਂਚ ਕਰ ਰਹੇ ਆ, ਔਰ ਜਿਹੜੇ ਕੰਪਨੀ ਦੇ ਮੋਬਾਈਲ ਟਾਵਰ ਕੰਪਨੀ ਦੇ ਅਧਿਕਾਰੀ ਵੀ ਉੱਥੇ ਮੌਕੇ ਤੇ ਪਹੁੰਚੇ ਆ, ਔਰ ਮੁਲਾਜ਼ਮਾਂ ਨੇ ਆ ਕੇ ਜਿਹੜਾ ਨੈਟਵਰਕ ਨੂੰ ਜੋੜਨਾ ਵੀ ਸ਼ੁਰੂ ਕਰ ਦਿੱਤਾ ਤਾਰਾਂ ਨੂੰ। ਹਜੇ ਤੱਕ ਜਿਹੜਾ ਪੁਲਿਸ ਵੱਲੋਂ ਮਾਮਲਾ ਦਰਜ ਕਰਨ ਤੋਂ ਬਾਅਦ ਹੀ ਕੋਈ ਅਗਲੀ ਕਾਰਵਾਈ ਦੱਸਣ ਦੀ ਗੱਲ ਆਖੀ ਹੈਗੀ ਹੈ। ਕੋਈ ਲੈਸ ਵਾਲੇ ਉਹਨਾਂ ਨੂੰ ਕੋਈ ਸ਼ਿਕਾਇਤ ਦਊਗੇ, ਉਸ ਤੋਂ ਬਾਅਦ ਮਾਮਲਾ ਦਰਜ ਹੋਊਗਾ, ਫਿਰ ਕੋਈ ਜਾਣਕਾਰੀ ਦੇ ਪਾਊਗੇ ਵੀ ਕਿੰਨਾ ਵੱਲੋਂ ਕੋਈ ਪਤਾ ਲੱਗਿਆ ਕਿ ਨਹੀਂ ਲੱਗਿਆ ਪਤਾ ਵੀ ਕੀ ਮਾਮਲਾ ਦਰਜ ਕੀਤਾ ਗਿਆ। ਬਿਲਕੁਲ ਜੀ, ਲਗਾਤਾਰ ਸਾਡੇ ਕਿਸਾਨ ਨੇਤਾ ਵੀ ਕਹਿ ਰਹੇ ਨੇ ਤੁਸੀਂ ਆਪਦਾ ਫੋਨ ਦਾ ਸਿਮ ਪੋਰਟ ਕਰਾ ਲਓ, ਇਹੋ ਜਿਹੀਆਂ ਘਟਨਾਵਾਂ ਨੂੰ ਵਾਰਦਾਤ ਨੂੰ ਅੰਜਾਮ ਨਾ ਦਿਓ, ਇਹ ਹਾਲਾਤ ਇੱਧਰ ਨੂੰ ਲਿਜਾਏ ਜਾਣ ਦੀ ਕੋਸ਼ਿਸ਼ ਕੀਤੀ ਜਾ। ਵੀਡੀਓ ਵੀ ਵਾਇਰਲ ਕਰਕੇ ਵੀ ਕਹਿ ਦਿੱਤਾ ਸੀਗਾ ਕੋਈ ਵੀ ਜੇ ਟਾਵਰ ਨੂੰ ਕਿਸੇ ਨੂੰ ਨੁਕਸਾਨ ਪਹੁੰਚਾਏਗਾ ਤੇ ਉਹਦੇ ਤੇ ਜੇ ਪੁਲਿਸ ਕੋਈ ਬਣਦੀ ਕਾਰਵਾਈ ਕਰਦੀ ਹੈਗੀ ਤੇ ਕਿਸਾਨ ਇਹਦੇ ਵਿੱਚ ਉਹਦਾ ਨਾਲ ਨਹੀਂ ਖੜਾ ਹੋਏਗਾ, ਬਿਲਕੁਲ ਸਤਰਕ ਕਰ ਦਿੱਤਾ ਗਿਆ। ਫਿਰ ਵੀ ਜਿਹੜਾ ਹੈਗਾ ਵਾ ਹੁਣ ਇਹ ਜਿਹੜਾ ਘਟਨਾ ਨੂੰ ਅੰਜਾਮ ਹੋਇਆ ਕੋਈ ਛੋਟੀ ਮੋਟੀ ਘਟਨਾ ਨਹੀਂ ਹੈਗੀ, ਕਿਉਂਕਿ ਇੱਕ ਭੜਕਾਉਣ ਵਾਲੀ ਗੱਲ ਹੈਗੀ ਹੈ ਵੀ ਕਿਹਦੇ ਵੱਲੋਂ ਇਸ ਨੂੰ ਅੰਜਾਮ ਦਿੱਤਾ ਗਿਆ ਸੀ, ਗਹਿਰਾਈ ਨਾਲ ਪੁਲਿਸ ਨੂੰ ਜਾਂਚ ਵੀ ਕੀਤੀ ਜਾ ਰਹੀ ਹੈ ਜੀ। ਤੇ ਬਾਕੀ ਕਰੋਨਾ ਵੈਕਸੀਨ ਨੂੰ ਲੈ ਕੇ ਮੋਗਾ ਜ਼ਿਲ੍ਹੇ ਵਿੱਚ ਕੋਈ ਡਰਾਈਵ ਚਲਾਈ ਗਈ ਹੈ ਜੀ? ਬਿਲਕੁਲ ਜੀ ਬਿਲਕੁਲ, ਅੱਜ ਜਿਹੜੇ ਹੈਗੇ ਆ ਪੂਰੇ ਭਾਰਤ ਦੇ 736 ਜ਼ਿਲ੍ਹਿਆਂ ਦੇ ਵਿੱਚ ਜਿਹੜੀ ਇਹ ਡਰਾਈਵ ਚਲਾਈ ਗਈ ਹੈ। ਮੋਗਾ ਦੇ ਵਿੱਚ ਵੀ ਇੱਕ ਹੈਗਾ ਵਾ ਜਿੱਥੇ ਅੱਜ ਡੈਮੋ ਕੀਤਾ ਗਿਆ ਹੈਗਾ ਵਾ, ਕਿਸ ਤਰ੍ਹਾਂ ਮਰੀਜ਼ ਉੱਥੇ ਪਹੁੰਚੂਗਾ, ਉਹਦਾ ਸ਼ਨਾਖਤੀ ਕਾਰਡ ਉਹਦੇ ਕੋਲ ਹੋਣਾ ਜ਼ਰੂਰੀ ਹੈ, ਉਹਦੀ ਰਜਿਸਟ੍ਰੇਸ਼ਨ ਹੋਏਗੀ ਔਰ ਉਸ ਤੋਂ ਬਾਅਦ ਉਹਨੂੰ ਜਿਹੜਾ ਹੈਗਾ ਵਾ ਵੈਕਸੀਨ ਦਾ ਟੀਕਾ ਲਗਾਇਆ ਜਾਏਗਾ। ਔਰ ਨਾਲ ਹੀ ਇੱਕ ਰੂਮ ਬਣਾਇਆ ਗਿਆ ਹਸਪਤਾਲ ਦੇ ਵਿੱਚ ਜਿੱਥੇ ਉਹਨੂੰ 20 ਤੋਂ 30 ਮਿੰਟ ਤੱਕ ਰੱਖਿਆ ਜਾਏਗਾ, ਤਾਂ ਕਿ ਇਸ ਵੈਕਸੀਨ ਦੇ ਲੱਗਣ ਤੋਂ ਬਾਅਦ ਜੇ ਉਹਨੂੰ ਕੋਈ ਸਾਈਡ ਇਫੈਕਟ ਆਉਂਦਾ ਜਾਂ ਉਹਦੀ ਕੋਈ ਤਬੀਅਤ ਵਿਗੜਦੀ ਹੈਗੀ ਹੈ ਤਾਂ ਉਹਨੂੰ ਸੰਭਾਲਿਆ ਜਾ ਸਕੇ। ਸੋ ਉਸ ਲਈ ਜਿਹੜਾ ਮੋਗਾ ਸਿਵਲ ਹਸਪਤਾਲ ਵੱਲੋਂ ਪ੍ਰਬੰਧ ਵੀ ਕਹਿੰਦੇ ਪੂਰੇ ਕੀਤੇ ਗਏ, ਉਹਨਾਂ ਨੇ ਦਾਅਵਾ ਇਹੀ ਕੀਤਾ। ਔਰ ਅੱਜ ਜਿਹੜੇ ਤਿੰਨ ਜਿਹੜਾ ਜਿਹੜਾ ਮੋਗਾ ਦੇ ਸਰਕਾਰੀ ਹਸਪਤਾਲ
ਬਾਘਾ ਪ੍ਰਧਾਨਾ ਦਾ ਸਰਕਾਰੀ ਹਸਪਤਾਲ ਔਰ ਇੱਕ ਪ੍ਰਾਈਵੇਟ ਹਸਪਤਾਲ ਵਿੱਚ ਇਹ ਡੈਮੋ ਜਿਹੜਾ ਦਿੱਤਾ ਗਿਆ ਹੈਗਾ ਉੱਥੇ ਸਟਾਫ ਨੂੰ ਜਿਹੜਾ ਸਾਰੀ ਜਾਣਕਾਰੀ ਦਿੱਤੀ ਗਈ ਹੈ ਕਿਸ ਤਰ੍ਹਾਂ ਪੇਸ਼ੈਂਟ ਤੁਹਾਡੇ ਕੋਲ ਆਏਗਾ, ਕਿਸ ਤਰ੍ਹਾਂ ਉਹਨਾਂ ਨੂੰ ਦੂਰੀ ਬਣਾ ਕੇ ਖੜੇ ਕਰਨਾ ਹੈਗਾ ਵਾ, ਕਿਸ ਤਰ੍ਹਾਂ ਉਹਦੀ ਰਜਿਸਟ੍ਰੇਸ਼ਨ ਹੋਣੀ ਹੈ, ਕਿੰਨਾ ਉਹਨੂੰ ਟਾਈਮ ਲੱਗੇਗਾ, ਕਿਵੇਂ ਵੈਕਸੀਨ ਲੱਗੇਗੀ, ਇਹ ਬੜੀ ਬਰੀਕੀ ਨਾਲ ਸਾਰੀ ਜਾਣਕਾਰੀ ਦਿੱਤੀ ਹੈ। ਔਰ ਜਿਹੜਾ ਵੀ ਵੈਕਸੀਨ ਜਦੋਂ ਆਏਗੀ ਉਸ ਤੋਂ ਬਾਅਦ ਹੀ ਜਿਹੜਾ ਇਹ ਸਾਰਾ ਕੰਮ ਅਮਲੀ ਜਮਾਈ ਨੂੰ ਪਹਿਨਾਇਆ ਜਾਊਗਾ। ਕੋਈ ਪਤਾ ਚੱਲਿਆ ਵੈਕਸੀਨ ਕਦੋਂ ਕਦੀ ਆਉਣ ਦੀ ਉਮੀਦ ਹੈ ਜੀ, ਇਹਦੀ ਕੋਈ ਗੱਲਬਾਤ ਹੋਈ ਹੋਵੇ? ਮਕਰ ਸੰਕ੍ਰਾਂਤੀ ਤੇ ਕੁਛ ਕਹਿ ਰਹੇ ਹੈਗੇ, ਮਕਰ ਸੰਕ੍ਰਾਂਤੀ ਦੀ ਜਿਹੜੀ ਹੈਗੀ ਪੰਜਾਬ ਦੇ ਵਿੱਚ ਵੈਕਸੀਨ ਦੀ ਸ਼ੁਰੂਆਤ ਹੋਣ ਜਾ ਰਹੀ ਹੈਗੀ ਹੈ, ਪਰ ਹਜੇ ਲੱਗਦਾ ਨਹੀਂ ਹੈਗਾ ਕਿਉਂਕਿ ਹਜੇ ਟ੍ਰਾਇਲ ਹੀ ਚੱਲਿਆ ਹੈਗਾ, ਇੱਕ ਡਰਾਈ ਰਨ ਚੱਲਿਆ ਹੈਗਾ ਵਾ, ਕਿਉਂਕਿ ਵੱਡੇ ਸ਼ਹਿਰਾਂ 'ਚ ਤੇ ਉੱਥੇ ਜਿਹੜੇ ਹੈਗਾ ਸਰਕਾਰੀ ਬੰਦੇ ਨੂੰ, ਸਿਹਤ ਵਿਭਾਗ ਦੇ ਡਾਕਟਰਾਂ ਨੂੰ ਜਾਂ ਗੱਲ ਕਰੀਏ ਪੁਲਿਸ ਮੁਲਾਜ਼ਮਾਂ ਨੂੰ ਜਾਂ ਹੋਰ ਸੇਵਾ ਦੇਣ ਵਾਲੇ, ਇਹਨਾਂ ਤੋਂ ਜਿਹੜੀ ਹੈਗੀ ਸ਼ੁਰੂਆਤ ਕੀਤੀ ਜਾਣੀ ਹੈਗੀ ਹੈ। ਪਰ ਇੱਕ ਉਮੀਦ ਜਿਹੜੀ ਹੈਗੀ ਹੈ ਕਿਰਨ, ਉਹ ਜ਼ਰੂਰ ਜਾਗਦੀ ਹੈਗੀ ਹੈ ਵੀ ਵੈਕਸੀਨ ਦੀ ਜਿਹੜੀ ਹੁਣ ਇੱਥੇ ਡਰਾਈ ਰਨ ਚੱਲ ਪਿਆ ਤੇ ਵੈਕਸੀਨ ਵੀ ਜਲਦੀ ਇੱਥੇ ਆਏਗੀ। ਜੀ ਜੀ, ਤੇ ਮੋਦੀ ਦਾ ਵੀ ਪੁਤਲਾ ਫੂਕ ਦਿੱਤਾ ਜੀ ਇੱਥੇ ਕਿਸੇ ਨੇ? ਬਿਲਕੁਲ, ਅੱਜ ਜਿਹੜਾ ਮੋਗਾ ਦੇ ਜੋਗਿੰਦਰ ਸਿੰਘ ਚੌਂਕ ਦੇ ਵਿੱਚ ਜਿਹੜੇ ਕੇਂਦਰ ਸਰਕਾਰ ਵੱਲੋਂ ਬਿੱਲ ਪਾਸ ਕੀਤੇ ਗਏ ਉਸ ਨੂੰ ਲੈ ਕੇ ਇੱਕ ਭਾਰਤੀ ਆਮ ਜਨਤਾ ਪਾਰਟੀ, ਅੱਛਾ ਜੀ, ਤੇ ਭੀਮ ਰਾਓ ਅੰਬੇਦਕਰ ਦੇ ਜਿਹੜਾ ਉਹਨਾਂ ਦੇ ਬੈਨਰ ਥੱਲੇ ਜਿਹੜੀ ਹੈਗੀ ਹੈ ਬਣੀ ਹੈਗੀ ਹੈ, ਉਹਨਾਂ ਦੇ ਕੁਛ ਜਿਹੜੇ ਆਗੂਆਂ ਵੱਲੋਂ, ਉਹਨਾਂ ਦੇ ਨਾਲ ਜਿਹੜੇ ਵਰਕਰ ਜੁੜੇ ਹੋਏ ਆ ਉਹਨਾਂ ਵੱਲੋਂ ਇੱਕ ਮੋਦੀ ਦਾ ਪੁਤਲਾ ਫੂਕਿਆ ਗਿਆ। ਇਹੀ ਉਹਨੇ ਮੰਗ ਕੀਤੀ ਗਈ ਹੈ, ਕਿਸਾਨ ਵੱਲੋਂ ਜਿਹੜੇ ਮੰਗ ਕੀਤੀ ਜਾ ਰਹੀ ਹੈ ਬਿਲਕੁਲ ਸਹੀ ਕੀਤੀ ਜਾ ਰਹੀ ਹੈ, ਜਿਹੜੇ ਬਿੱਲ ਹੈਗੇ ਆ ਕੇਂਦਰ ਸਰਕਾਰ ਵੱਲੋਂ ਆਪਣੀ ਮਰਜ਼ੀ ਨਾਲ ਪਾਸ ਕਰ ਦਿੱਤੇ ਗਏ ਆ, ਕਿਸਾਨਾਂ ਤੇ ਥੋਪੇ ਗਏ ਆ, ਉਸ ਨੂੰ ਰੱਦ ਕਰਵਾਉਣ ਲਈ ਹੁਣ ਉਹ ਵੀ ਉਹਨਾਂ ਦੇ ਨਾਲ ਖੜੇ ਹੈਗੇ ਆ, ਹਰ ਸੰਘਰਸ਼ ਦੇ ਵਿੱਚ ਉਹਨਾਂ ਦੇ ਨਾਲ ਹੈ, ਔਰ ਛੇਤੀ ਹੀ ਉਹਨਾਂ ਦਾ ਇੱਕ ਕਾਫਲਾ ਜਿਹੜਾ ਹੈਗਾ ਵਾ ਦਿੱਲੀ ਦੇ ਸਿੱਕੂ ਬਾਰਡਰ ਤੇ ਵੀ ਜਾਏਗਾ ਉਹਨਾਂ ਕਿਸਾਨਾਂ ਦੇ ਹੱਕ ਦੇ ਵਿੱਚ। ਜੀ ਜੀ ਜੀ, ਬਹੁਤ ਬਹੁਤ ਮਿਹਰਬਾਨੀ ਜੀ, ਸ਼ੁਕਰੀਆ ਤੁਹਾਡਾ, ਧੰਨਵਾਦ। ਤੇ ਹੁਣ ਰੁਕ ਕਰਦੇ ਹਾਂ ਜੀ ਕਪੂਰਥਲੇ ਵੱਲ, ਚਰਨਜੀਤ ਢਿੱਲੋ ਮੇਰੇ ਨਾਲ ਨੇ। ਚਰਨਜੀਤ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਧੰਨਵਾਲ ਸਾਹਿਬ ਜੀ। ਚਰਨਜੀਤ ਜੀ, ਅਕਾਲੀ ਦਲ 'ਚ ਕਹਿੰਦੇ ਹੁਣ ਕਾਂਗਰਸ ਛੱਡ ਕੇ ਕਹਿੰਦੇ ਅਕਾਲੀ ਦਲ 'ਚ ਸ਼ਾਮਿਲ ਹੋ ਰਹੇ ਨੇ ਕੁਛ ਲੋਕ, ਇਹ ਕੌਣ ਨੇ? ਪਵਿੱਤਰ ਨਗਰੀ ਸੁਲਤਾਨਪੁਰ ਲੋਧੀ ਦੇ ਵਿੱਚ ਸਰਦਾਰ ਸੁਖਵਿੰਦਰ ਸਿੰਘ ਸੁੱਖ, ਸਾਬਕਾ ਚੇਅਰਮੈਨ ਬਲਾਕ ਸੰਮਤੀ, ਜਿਹੜੇ ਕਿ ਉੱਘੇ ਆਗੂ ਸੀਗੇ ਸੁਲਤਾਨਪੁਰ ਲੋਧੀ ਦੇ ਕਾਂਗਰਸ ਦੇ, ਉਹ ਅਕਾਲੀ ਕਾਂਗਰਸ ਨੂੰ ਛੱਡ ਕੇ ਅੱਜ ਅਕਾਲੀ ਦਲ ਦੇ ਵਿੱਚ ਸ਼ਾਮਿਲ ਹੋਣ ਜਾ ਰਹੇ। ਉਹਨਾਂ ਦੇ ਗ੍ਰਹਿ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਪਹੁੰਚੇ ਨੇ, ਤੇ ਉਹਨਾਂ ਨੇ ਅਕਾਲੀ ਦਲ ਦੇ ਵਿੱਚ ਸ਼ਾਮਿਲ ਕੀਤਾ ਘੱਟੋ ਘੱਟ 100 ਪਰਿਵਾਰਾਂ ਨੂੰ ਨਾਲ ਲੈ ਕੇ। ਔਰ ਇਹ ਵੀ ਮੈਂ ਦੱਸਣਾ ਜ਼ਰੂਰੀ ਸਮਝਾਂਗਾ ਕਿ ਇਹਨਾਂ ਦੇ ਚਾਚਾ ਜੀ ਦਾ ਬੇਟਾ ਜਿਹੜੇ ਕਰਨ ਅਵਤਾਰ ਸਿੰਘ ਜੀ, ਕੈਪਟਨ ਅਮਰਿੰਦਰ ਸਿੰਘ ਜੀ ਦੇ ਮੁੱਖ ਸਕੱਤਰ ਰਹਿ ਚੁੱਕੇ ਨੇ, ਉਹਨਾਂ ਦੇ ਇਹ ਕਜ਼ਨ ਬ੍ਰਦਰ ਨੇ, ਚਾਚਾ ਜੀ ਦਾ ਬੇਟਾ ਨੇ। ਔਰ ਇਹ ਬੜੀ ਵੱਡੀ ਕਾਂਗਰਸ ਨੂੰ ਜਿਹੜਾ ਵਾ ਬਹੁਤ ਵੱਡਾ ਝਟਕਾ ਵਾ ਇਸ ਟਾਈਮ ਪਵਿੱਤਰ ਨਗਰੀ ਦੇ ਵਿੱਚ। ਉਹਨਾਂ ਨੇ ਇਹੀ ਕਾਰਨ ਦੱਸਿਆ ਕਿ ਜੋ ਕਿ ਕਿਸਾਨਾਂ ਦੇ ਨਾਲ ਧੱਕਾ ਹੋਇਆ, ਔਰ 6 ਮੈਂਬਰੀ ਕਮੇਟੀ ਬਣੀ ਸੀਗੀ, ਉਹਨਾਂ ਨੇ ਜਿਹੜਾ ਵਾ ਕਿ ਉੱਥੇ ਕੈਪਟਨ ਅਮਰਿੰਦਰ ਸਿੰਘ ਨੇ ਮੰਤਰੀ ਤੇ ਬਾਦਲ ਨੂੰ ਭੇਜਿਆ, ਇੱਕ ਵਾਰੀ ਆਪਣੀ ਟੀਮ ਹੋਰ ਭੇਜੀ, ਤੇ ਉਹਦੇ ਵਿੱਚ ਜਿਹੜਾ ਵਾ ਕਿਸਾਨਾਂ ਦੇ ਨਾਲ ਧੱਕਾ ਕੀਤਾ। ਦੂਜਾ ਕਾਰਨ ਇਹ ਦੱਸਿਆ ਕਿ ਪਵਿੱਤਰ ਨਗਰੀ ਸੁਲਤਾਨਪੁਰ ਲੋਧੀ ਦੇ ਵਿੱਚ 550 ਸਾਲ ਤੇ ਜਿਹੜੇ ਕਰੋੜਾਂ ਰੁਪਏ ਆਇਆ ਆ ਉਹਦੇ ਵਿੱਚ ਬਹੁਤ ਵੱਡੇ ਤੌਰ ਤੇ ਘਪਲਾ ਕੀਤਾ ਗਿਆ ਵਾ ਇੱਥੋਂ ਦੇ MLA ਦੇ ਵੱਲੋਂ। ਇਹ ਮੁੱਖ ਕਾਰਨ ਦੇ ਕਰਕੇ ਮੈਂ ਦੁਖੀ ਹੋ ਕੇ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਕਾਂਗਰਸੀ ਆਗੂਆਂ ਦੇ ਨਾਲ ਪਰਿਵਾਰਾਂ ਨੂੰ ਨਾਲ ਲੈ ਕੇ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਿਲ ਹੋ ਜਾਂਦਾ। ਜੀ ਜੀ ਜੀ, ਚਲੋ ਚੰਗੀ ਗੱਲ ਆਈ। ਤੇ ਦੁਆਬੇ ਚ ਵੀ ਕਰੋਨਾ ਵੈਕਸੀਨ ਦਾ ਡਰਾਈ ਰਨ ਚੱਲਿਆ ਜੀ, ਲਾਉਣ ਦਾ ਡਰਾਈਵ ਦਾ।
ਨਹੀਂ ਜੀ, ਕੁਝ ਕੁ ਦਿਨਾਂ ਦੇ ਵਿੱਚ ਇੱਥੇ ਕਪੂਰਥਲੇ ਦੇ ਵਿੱਚ ਜਿਹੜਾ ਵੈਕਸੀਨ ਸ਼ੁਰੂ ਹੋ ਜਾਣਾ ਵਾ, ਅਜੇ ਸ਼ੁਰੂ ਨਹੀਂ ਹੋਇਆ ਜੀ। ਵੀ ਡਰਾਈ ਰਨ ਜਿਹੜਾ ਹੈਗਾ ਉਹ ਕਿਸੇ ਤਰ੍ਹਾਂ ਦਾ ਨਹੀਂ, ਕੋਈ ਤਿਆਰੀ ਨਹੀਂ ਕੀਤੀ ਗਈ ਹੈ? ਨਹੀਂ, ਬਿਲਕੁਲ ਤਿਆਰੀ ਚੱਲ ਰਹੀ ਹੈ ਜੀ, ਸ਼ੁਰੂ ਹੋ ਜਾਵੇਗਾ ਕੁਝ ਕੁ ਦਿਨਾਂ ਦੇ ਵਿੱਚ। ਜੀ ਜੀ, ਮਿਹਰਬਾਨੀ। ਸੋ ਪ੍ਰੋਗਰਾਮ ਚੱਲ ਰਿਹਾ ਜੀ ਸ਼ਮਾਧਨ, ਤੁਸੀਂ ਇਸ ਵਕਤ ਰੇਡੀਓ ਪੰਜਾਬ ਟੂਡੇ ਤੇ ਬਠਿੰਡਾ ਸਟੂਡੀਓ ਤੋਂ ਸਾਡੇ ਨਾਲ ਲਾਈਵ ਜੁੜੇ ਹੋਏ। ਫਰੀਦਕੋਟ ਤੋਂ ਅਮਨਦੀਪ ਜੀ ਸਾਡੇ ਨਾਲ ਜੁੜ ਗਏ ਨੇ। ਅਮਨਦੀਪ ਜੀ, ਕਾਫੀ ਵਿਜੀਲੈਂਸ ਦੇ ਵਿੱਚ ਫੇਰ ਬਦਲ ਹੋਈ ਹੈ, ਤੇ ਕੀ ਕੁਛ ਜਿਹੜਾ ਇੱਥੇ ਵੀ ਕਹਿੰਦੇ, ਪਹਿਲਾਂ ਤਾਂ ਐਸ ਪੀ ਬੈਠਦੇ ਹੁੰਦੇ ਸੀਗੇ ਮੈਨੂੰ ਲੱਗਦਾ ਤੁਹਾਡੇ ਫਰੀਦਕੋਟ ਦੇ ਵਿੱਚ, ਹੁਣ ਕੀ ਐਸ ਐਸ ਪੀ ਦਾ ਨਵਾਂ ਅਹੁਦਾ ਕ੍ਰੀਏਟ ਕਰ ਦਿੱਤਾ ਗਿਆ? ਦੇਖੋ, ਮੈਂ ਦੱਸਣਾ ਚਾਹੂੰਗਾ ਕਿ ਜਿਹੜਾ ਪਹਿਲਾਂ ਫਰੀਦਕੋਟ ਜਿਹੜੀ ਹੈਗੀ ਹੈ, ਪੁਰਾਣਾ ਜ਼ਿਲ੍ਹਾ ਜਿਹੜਾ ਜਿਸ ਤਰੀਕੇ ਮੁਕਤਸਰ ਤੇ ਮੋਗਾ ਫਰੀਦਕੋਟ ਦੇ ਨਾਲ ਅਟੈਚ ਸੀਗਾ, ਉਸੇ ਤਰੀਕੇ ਪਹਿਲਾਂ ਫਰੀਦਕੋਟ ਨੂੰ ਫਰੀਦਕੋਟ ਅਰੇਂਜ ਕਰ ਦਿੱਤੀ ਗਈ ਵੱਖਰੀ ਪੰਜਾਬ ਪੁਲਿਸ ਵੱਲੋਂ, ਔਰ ਜਿਸ ਦੇ ਵਿੱਚ ਆਈ ਜੀ ਲਗਾ ਦਿੱਤੇ ਗਏ ਫਰੀਦਕੋਟ ਦੇ ਵਿੱਚ, ਕੌਸਤਵ ਸ਼ਰਮਾ। ਔਰ ਹੁਣ ਜਿਹੜਾ ਅੱਜ ਨਵੀਂ ਗੱਲ ਸਿੱਖਣ ਨੂੰ ਮਿਲੀ ਹੈਗੀ ਹੈ ਕਿ ਵਿਜੀਲੈਂਸ ਡਿਪਾਰਟਮੈਂਟ ਨੇ ਫਰੀਦਕੋਟ ਰੇਂਜ ਦਾ ਜਿਹੜਾ ਵੱਖਰਾ ਐਸ ਐਸ ਪੀ ਲਗਾ ਦਿੱਤਾ, ਜਿਹਦੇ ਵਿੱਚ ਮੋਗਾ ਤੇ ਮੁਕਤਸਰ ਵੀ ਅਟੈਚ ਕਰ ਦਿੱਤਾ ਹੈਗਾ। ਔਰ ਇਸ ਗੱਲ ਨੂੰ ਲੈ ਕੇ ਪਰਮਜੀਤ ਸਿੰਘ ਵਿਰਕ ਨੇ ਜਿਹੜੇ ਐਸ ਐਸ ਪੀ ਵਿਜੀਲੈਂਸ ਫਰੀਦਕੋਟ ਲਾਏ ਨੇ, ਔਰ ਡੀ ਆਈ ਜੀ ਸੁਰਜੀਤ ਸਿੰਘ ਹੈਗੇ ਨੇ ਜਿਹੜੇ ਵਿਜੀਲੈਂਸ ਡਿਪਾਰਟਮੈਂਟ ਨੂੰ ਦੇਖ ਰਹੇ ਹੈਗੇ ਨੇ ਇਸ ਏਰੀਏ ਨੂੰ ਸਾਰੇ ਨੂੰ, ਉਹਨਾਂ ਨੇ ਇਸ ਦਫ਼ਤਰ ਦਾ ਫਰੀਦਕੋਟ ਦੇ ਵਿੱਚ ਅੱਜ ਉਦਘਾਟਨ ਕੀਤਾ। ਲੇਕਿਨ ਹੈਰਾਨੀ ਦੀ ਗੱਲ ਇਹ ਹੈਗੀ ਹੈ ਕਿ ਜਿਹੜਾ ਇਹ ਪਹਿਲਾਂ ਆਈ ਜੀ ਰੇਂਜ ਬਣਾਉਣੀ ਫਰੀਦਕੋਟ ਨੂੰ, ਔਰ ਉਸ ਤੋਂ ਬਾਅਦ ਵਿਜੀਲੈਂਸ ਰੇਂਜ ਬਣਾਉਣੀ ਆਉਂਦੇ ਦਿਨਾਂ ਦੇ ਵਿੱਚ, ਕਿਉਂਕਿ ਆਉਂਦੀਆਂ ਵਿਧਾਨ ਸਭਾ ਚੋਣਾਂ ਵੀ ਜਿਹੜੀਆਂ ਹੈਗੀਆਂ ਉਹ ਆਗਾਮੀ ਨੇੜੇ ਹੈਗੀਆਂ, ਔਰ ਆਉਂਦੀਆਂ ਵਿਧਾਨ ਸਭਾ ਚੋਣਾਂ ਨੂੰ ਮੱਦੇਨਜ਼ਰ ਸਰਕਾਰ ਵੱਲੋਂ ਕਿਸ ਤਰੀਕੇ ਕੀ ਕੁਛ ਕੀਤਾ ਜਾ ਰਿਹਾ, ਔਰ ਇਸ ਨੂੰ ਇਸ ਗੱਲ ਨੂੰ ਸਿਆਸੀ ਗਲਿਆਰਿਆਂ ਦੇ ਵਿੱਚ ਬੜੀ ਨੇੜਤਾ ਨਾਲ ਦੇਖਿਆ ਜਾ ਰਿਹਾ ਹੈਗਾ। ਜੀ ਜੀ ਜੀ, ਕਿਉਂਕਿ ਪਹਿਲਾਂ ਤਾਂ ਫਿਰੋਜ਼ਪੁਰ ਰੇਂਜ 'ਚ ਆਉਂਦੇ ਸੀਗੇ ਨਾ, ਫਿਰੋਜ਼ਪੁਰ ਦਾ ਐਸ ਐਸ ਪੀ ਜਿਹੜਾ ਪੈਂਦਾ ਸੀਗਾ ਮੁਕਤਸਰ ਨੂੰ ਵੀ, ਅਤੇ ਨਾ ਇਹਨੂੰ ਫਰੀਦਕੋਟ ਨੂੰ ਬਠਿੰਡਾ ਪੈਂਦਾ ਸੀ, ਮੋਗੇ ਨੂੰ ਫਿਰੋਜ਼ਪੁਰ ਪੈਂਦਾ ਸੀ। ਬਿਲਕੁਲ, ਤੁਹਾਡਾ ਜਿਹੜਾ ਵਿਜੀਲੈਂਸ ਡਿਪਾਰਟਮੈਂਟ ਦਾ ਜਿਹੜਾ ਪਹਿਲਾਂ ਐਸ ਐਸ ਪੀ ਬਠਿੰਡਾ ਨਾਲ ਅਟੈਚ ਕੀਤਾ ਗਿਆ ਸੀ ਫਰੀਦਕੋਟ ਨੂੰ, ਲੇਕਿਨ ਅੱਜ ਜਿਹੜਾ ਕੁਛ ਹੋਇਆ ਹੈਗਾ ਇੱਕ ਇਹ ਆਪਦੇ ਆਪ ਦੇ ਵਿੱਚ ਬੜੀ ਇੱਕ ਵਿਲੱਖਣ ਚੀਜ਼ ਹੈਗੀ ਹੈ, ਕਿਉਂਕਿ ਪਹਿਲਾਂ ਆਈ ਜੀ ਰੇਂਜ ਬਣਾਉਣੀ ਮੈਂ ਪਹਿਲਾਂ ਵੀ ਜ਼ਿਕਰ ਕੀਤਾ, ਔਰ ਉਸ ਤੋਂ ਬਾਅਦ ਵਿਜੀਲੈਂਸ ਦਾ ਜਿਹੜਾ ਰੇਂਜ ਬਣਾ ਦੇਣੀ, ਇਹ ਆਪਣੇ ਜਿਹੜੀ ਸਿਆਸੀ ਗਲਿਆਰਿਆਂ ਦੇ ਵਿੱਚ ਇਹਨੂੰ ਬੜੀ ਨਜ਼ਦੀਕੀ ਨਾਲ ਦੇਖਿਆ ਜਾ ਰਿਹਾ, ਔਰ ਆਉਂਦੇ ਦਿਨਾਂ ਦੇ ਵਿੱਚ ਕੀ ਅਸਰ ਦਿਖਾਉਣਗੇ ਇਹ ਵਿਜੀਲੈਂਸ ਡਿਪਾਰਟਮੈਂਟ ਜਾਂ ਪੁਲਿਸ ਡਿਪਾਰਟਮੈਂਟ, ਇਹ ਬਾਅਦ ਦੀਆਂ ਗੱਲਾਂ ਨੇ, ਲੇਕਿਨ ਕਿਸੇ ਨਾ ਕਿਸੇ ਜਾ ਕੇ ਇਸ ਗੱਲ ਨੂੰ ਟੱਚ ਜ਼ਰੂਰ ਕਰਦਾ ਹੈਗਾ ਕਿ ਆਗਾਮੀ ਵਿਧਾਨ ਸਭਾ ਚੋਣਾਂ ਦੇ ਮੰਦੇ ਨਜ਼ਰ ਇਹ ਜਿਹੜਾ ਕੁਛ ਕਰ ਰਹੀ ਹੈ ਸਰਕਾਰ, ਉਹਨਾਂ ਨੂੰ ਮੰਦੇ ਨਜ਼ਰ ਦੇਖ ਕੇ ਕਰ ਰਹੀ ਹੈਗੀ ਹੈ। ਜੀ 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 ਜੀ, ਬਿਲਕੁਲ, ਇਹ ਸਾਰਾ ਕੁਛ ਹੈ। ਦੇਖੋ, ਪਹਿਲਾਂ ਜ਼ਿਲ੍ਹੇ ਬਣੇ, ਜ਼ਿਲ੍ਹਿਆਂ 'ਚ ਜਿੱਥੇ ਕਹਿੰਦੇ ਡੀ ਐੱਸ ਪੀ ਹੁੰਦਾ ਸੀ ਉੱਥੇ ਐੱਸ ਐੱਸ ਪੀ ਲੱਗ ਗਿਆ, ਅਤੇ ਜਿੱਥੇ ਹੁਣ ਐੱਸ ਐੱਸ ਪੀ ਸੀ ਉੱਥੇ ਆਈ ਜੀ ਬੈਠਣ ਲੱਗ ਪਏ ਨੇ। ਮੈਂ ਦੇਖੋ ਜਿਸ ਤਰੀਕੇ ਮੈਂ ਇੱਥੇ ਇੱਕ ਹੋਰ ਵੀ ਜ਼ਿਕਰ ਕਰਨਾ ਚਾਹੂੰਗਾ ਕਿ ਜਿਸ ਤਰੀਕੇ ਪਿਛਲੇ ਦਿਨਾਂ ਦੇ ਵਿੱਚ ਐਸ ਆਈ ਟੀ ਦੇ ਵੱਲੋਂ ਜਿਸ ਤਰੀਕੇ ਜਿਹੜੀ ਹੈਗੀ ਹੈ ਜਿਹੜੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ ਮਾਮਲਾ ਸੀਗਾ, ਉਹਨੂੰ ਪਹਿਲਾਂ ਜਿਹੜੇ ਸੀ ਬੀ ਆਈ ਤੋਂ ਲੈ ਕੇ ਫਿਰ ਪੰਜਾਬ ਪੁਲਿਸ ਨੂੰ ਦੇ ਦੇਣਾ, ਫਿਰ ਉਸ ਤੋਂ ਬਾਅਦ ਰਣਬੀਰ ਸਿੰਘ ਖੱਟੜਾ ਨੂੰ ਪਾਸੇ ਕਰ ਦੇਣਾ ਡੀ ਆਈ ਜੀ ਨੂੰ ਜਿਹੜੇ ਇਨਵੈਸਟੀਗੇਸ਼ਨ ਕਰ ਰਹੇ ਸੀਗੇ, ਔਰ ਉਸ ਤੋਂ ਬਾਅਦ ਜਿਹੜੇ ਬਲਜੀਤ ਸਿੰਘ ਐੱਸ ਪੀ ਨੇ ਔਰ ਉਸ ਦੂਜੇ ਪੰਨੂ ਜਿਹੜੇ ਸੀਗੇ ਐੱਸ ਪੀ ਉਹ ਉਸ ਵੇਲੇ ਉਦੋਂ ਡੀ ਐੱਸ ਪੀ ਸੀਗੇ ਉਹਨਾਂ ਨੂੰ ਸਸਪੈਂਡ ਕਰ ਦੇਣਾ, ਤੇ ਆਪਣੇ ਆਪ ਦੇ ਵਿੱਚ ਇੱਕ ਵੱਡੀਆਂ ਕਾਰਵਾਈਆਂ ਨਜ਼ਰ ਆਉਂਦੀਆਂ ਹੈਗੀਆਂ। ਲੇਕਿਨ ਆਉਂਦੇ ਦਿਨਾਂ ਦੇ ਵਿੱਚ ਪੁਲਿਸ ਵਿਭਾਗ ਦੇ ਵਿੱਚ ਕੀ ਕਾਰਵਾਈਆਂ ਹੁੰਦੀਆਂ ਇਸ ਗੱਲ ਦਾ ਸੰਕੇਤ ਜ਼ਰੂਰ ਦਿੰਦੀਆਂ ਹੈਗੀਆਂ ਕਿ ਜਿਸ ਤਰੀਕੇ ਵੱਡੀਆਂ ਤੈਨਾਤੀਆਂ ਫਰੀਦਕੋਟ ਦੇ ਵਿੱਚ ਹੋ ਰਹੀਆਂ ਹੈਗੀਆਂ, ਕਿਸੇ ਨਾ ਕਿਸੇ ਗੱਲ ਨੂੰ ਇਹ ਇੱਥੋਂ ਮੁਕਰਿਆ ਨਹੀਂ ਜਾ ਸਕਦਾ ਕਿ ਆਉਂਦੇ ਦਿਨਾਂ ਦੇ ਵਿੱਚ ਕੋਈ ਵੱਡੀਆਂ ਕਾਰਵਾਈਆਂ ਦੇਖਣ ਨੂੰ ਮਿਲਣਗੀਆਂ। ਜੀ 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 ਜੀ, ਅਤੇ ਹੋਰ ਕੀ ਸਥਿਤੀ ਹੈ ਜੀ, ਮੌਸਮ ਵਗੈਰਾ, ਕੋਈ ਹੋਰ ਖਬਰ ਅਪਡੇਟ?
ਮੌਸਮ ਦੇ ਵਿੱਚ ਬਦਲਵਾਈ ਬਣੀ ਹੋਈ ਹੈ ਜੀ, ਠੰਡ ਨੇ ਜ਼ੋਰ ਫੜਿਆ ਹੋਇਆ, ਲੇਕਿਨ ਓਨੀ ਠੰਡ ਨਹੀਂ ਹੈ ਜਿਹੜੀ ਪਿਛਲੇ ਦਿਨਾਂ ਦੇ ਵਿੱਚ ਪਈ ਹੈਗੀ ਆ, ਲੇਕਿਨ ਜਿਹੜਾ ਸਿਆਸੀ ਜਿਹੜਾ ਸਮੀਕਰਨ ਹੈਗਾ ਉਹ ਜ਼ਰੂਰ ਗਰਮ ਹੋਇਆ ਹੈਗਾ। ਔਰ ਸਿਆਸੀ ਜਿਹੜਾ ਸਮੀਕਰਨ ਹੈਗਾ ਉਹ ਜੇ ਗੱਲ ਕਰ ਲਈਏ ਤਾਂ ਕਿਸਾਨੀ ਮੁੱਦੇ ਨੂੰ ਲੈ ਕੇ ਜਿਸ ਤਰੀਕੇ ਅੱਜ ਮੀਟਿੰਗ ਦੇ ਵਿੱਚ ਉੱਥੇ ਦਿੱਲੀ ਦੇ ਵਿੱਚ ਜੋ ਕੁਛ ਹੋਇਆ ਹੈਗਾ ਉਸ ਗੱਲਾਂ ਨੂੰ ਲੈ ਕੇ ਕਿਸਾਨਾਂ ਦੇ ਵਿੱਚ ਬਹੁਤ ਵੱਡਾ ਰੋਸ ਹੈਗਾ, ਔਰ ਜਿੱਥੇ ਕਿਸਾਨਾਂ ਦੇ ਵਿੱਚ ਰੋਸ ਹੈਗਾ ਉਸ ਤੋਂ ਦੂਸਰੇ ਪਾਸੇ ਅੱਜ ਸ਼੍ਰੋਮਣੀ ਅਕਾਲੀ ਦਲ ਵੱਲੋਂ ਪ੍ਰੈਸ ਕਾਨਫਰੰਸ ਵੀ ਕੀਤੀ ਗਈ ਆ, ਉਹਨਾਂ ਦੇ ਪ੍ਰਧਾਨ ਵੱਲੋਂ ਸੁਖਬੀਰ ਸਿੰਘ ਬਾਦਲ ਵੱਲੋਂ ਕਿਹਾ ਗਿਆ ਹੈਗਾ ਕਿ 54 ਦੇ ਵਿੱਚੋਂ ਜੇਕਰ 40 ਕਿਸਾਨ ਜਿਹੜੇ ਸ਼ਹੀਦ ਹੋਏ ਹੈਗੇ ਨੇ ਉਹ ਕਿਤੇ ਨਾ ਕਿਤੇ ਜਾ ਕੇ ਅਕਾਲੀ ਦਲ ਦੇ ਨਾਲ ਸਿੱਧਾ ਸੰਬੰਧ ਰੱਖਦੇ ਸੀਗੇ, ਤਾਂ ਸਿਆਸੀ ਤਰੀਕੇ ਨਾਲ ਵੀ ਜਿਹੜੀ ਇਹ ਕਿਸੇ ਹੋਰ ਤਰੀਕੇ ਨਾਲ ਦੇਖਿਆ ਜਾ ਰਿਹਾ ਇਹਨਾਂ ਗੱਲਾਂ ਨੂੰ। ਔਰ ਕਿਸਾਨਾਂ ਦੇ ਅੱਜ ਫਿਰ ਜਿਹੜੀ ਨਮੋਸ਼ੀ ਪੱਲੇ ਪਈ ਹੈਗੀ ਆ, 8 ਤਰੀਕ ਤੋਂ ਬਾਅਦ ਹੁਣ 15 ਜਨਵਰੀ ਦੀ ਜਿਹੜੀ ਮੀਟਿੰਗ ਫਿਕਸ ਹੋ ਗਈ ਹੈਗੀ ਆ, ਜਿਸ ਤਰੀਕੇ ਮੀਟਿੰਗ ਦੇ ਵਿੱਚ ਅੱਜ ਰਵੱਈਆ ਰਿਹਾ ਮੰਤਰੀਆਂ ਦਾ ਔਰ ਕਿਸਾਨਾਂ ਨੇ ਕਿਸ ਤਰੀਕੇ ਮੌਨ ਧਾਰਿਆ ਔਰ ਉਹਨਾਂ ਨੇ ਦੋ ਟੁੱਕ ਗੱਲ ਕੀਤੀ, ਤੋ ਆਉਂਦੇ ਦਿਨਾਂ ਦੇ ਵਿੱਚ ਆਪਣਿਆਂ ਦੇ ਵਿੱਚ ਵੀ ਇਹ ਵੀ ਇੱਕ ਅਹਿਮ ਮੰਨੀ ਜਾਊਗੀ ਕਿ ਕਿਸਾਨ ਆ ਜਿਹੜੇ ਆਉਂਦੇ ਦਿਨਾਂ ਦੇ ਵਿੱਚ ਕੋਈ ਹੋਰ ਵੱਡਾ ਤਿੱਖਾ ਸੰਘਰਸ਼ ਹੈ ਜਿਹੜਾ ਉਹ ਕੋਈ ਨਾ ਕੋਈ ਅਖਤਿਆਰ ਜ਼ਰੂਰ ਕਰਨਗੇ। ਜੀ ਜੀ, ਬਹੁਤ ਬਹੁਤ ਮਿਹਰਬਾਨੀ ਅਮਨਦੀਪ ਜੀ, ਤੁਹਾਡੀ ਸ਼ੁਕਰੀਆ। ਅਤੇ ਹੁਣ ਬਠਿੰਡੇ ਅਮਨਦੀਪ ਗੋਸਲ ਜੀ ਮੇਰੇ ਨਾਲ ਨੇ। ਅਮਨਦੀਪ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਕਹਿੰਦੇ ਬਠਿੰਡੇ ਦੀ ਅਦਾਲਤ 'ਚ ਕੰਗਣਾ ਨੂੰ ਕੰਗਣ ਪਾਉਣ ਦੀ ਤਿਆਰੀ ਕਰ ਲਈ ਹੈ ਜੀ। ਜੀ ਬਿਲਕੁਲ, ਪਿਛਲੇ ਦਿਨੀ ਜਿਹੜਾ ਕਿਸਾਨੀ ਸੰਘਰਸ਼ ਨੂੰ ਲੈ ਕੇ ਕੰਗਣਾ ਵੱਲੋਂ ਜੋ ਆਪਣਾ ਬਿਆਨਬਾਜ਼ੀ ਕੀਤੀ ਗਈ ਸੀ ਮਾਤਾ ਮਹਿੰਦਰ ਕੌਰ ਬਹਾਦਰਗੜ੍ਹ ਜੰਡੀਆਂ ਖਿਲਾਫ਼, ਉਸ ਨੂੰ ਲੈ ਕੇ ਜਿਹੜਾ ਹੈਗਾ ਹੁਣ ਅਦਾਲਤ ਦੇ ਵਿੱਚ ਜਿਹੜਾ ਹੈਗਾ ਆਪਣਾ ਜਿਹੜਾ ਕੇਸ ਦਾਇਰ ਕੀਤਾ ਗਿਆ ਹੈਗਾ, ਤੇ ਜਿਸ ਸੰਬੰਧੀ ਜਿਹੜਾ ਹੈਗਾ ਐਪਲੀਕੇਸ਼ਨ ਦਾਇਰ ਕਰਨ ਤੋਂ ਬਾਅਦ ਜਿਹੜਾ ਹੈਗਾ ਮੀਡੀਆ ਦੇ ਰੂਬਰੂ ਹੁੰਦੇ ਹੋਏ ਵਕੀਲ ਰਘਵੀਰ ਸਿੰਘ ਬੈਣੀਪਾਲ ਨੇ ਦੱਸਿਆ ਹੈਗਾ ਜਿਹੜਾ ਹੈਗਾ 11 ਜਨਵਰੀ ਨੂੰ ਕੋਰਟ ਨੇ ਬਜ਼ੁਰਗ ਮਹਿਲਾ ਨੂੰ ਤਰੀਕ ਦਿੱਤੀ ਹੈਗੀ, ਤੇ ਜਿਹੜਾ ਹੈਗਾ ਉਹਨਾਂ ਵੱਲੋਂ ਕੋਰਟ ਦੇ ਆਪਣੇ ਬਿਆਨ ਦਰਜ ਕਰਵਾਏ ਜਾਣਗੇ, ਜਿਸ ਸੰਬੰਧੀ ਜਿਹੜਾ ਹੈਗਾ ਫਿਲਹਾਲ ਕੋਰਟ ਵੱਲੋਂ ਕੰਗਣਾ ਰਾਵਤ ਨੂੰ ਡੈਫੀਮੇਸ਼ਨ ਮਾਨਹੀਣ ਦਾ ਕੇਸ ਦਾਇਰ ਕਰ ਦਿੱਤਾ ਗਿਆ ਹੈਗਾ ਜੀ। ਤੇ ਜਿਹੜਾ ਹੈਗਾ ਆਉਂਦੇ ਦਿਨਾਂ ਦੇ ਵਿੱਚ ਜਿਹੜਾ ਹੈਗਾ ਇਹਦੇ ਸੰਬੰਧੀ ਜਿਹੜਾ ਹੈਗਾ ਨੋਟਿਸ ਮਿਲਣ ਤੋਂ ਬਾਅਦ ਬਠਿੰਡਾ ਦੀ ਅਦਾਲਤ ਵੱਲੋਂ ਚ ਉਹਨਾਂ ਨੂੰ ਖਿੱਚਿਆ ਵੀ ਜਾਊਗਾ, ਤੇ ਵਕੀਲ ਸਾਹਿਬ ਵੱਲੋਂ ਇਹ ਵੀ ਕਿਹਾ ਗਿਆ ਵੀ ਦੇਖੋ ਸੀਨੀਅਰ ਸਿਟੀਜ਼ਨ ਦੇ ਹੋਣ ਦੇ ਨਾਤੇ ਜਿਸ ਤਰ੍ਹਾਂ ਕੰਗਣਾ ਨੇ ਇਹ ਟਵੀਟ ਕੀਤਾ ਹੈ ਬਹੁਤ ਮਦਭਾਗੀ ਗੱਲ ਹੈ, ਤੇ ਅਦਾਲਤ ਵੱਲੋਂ ਇਹਨਾਂ ਨੂੰ ਇਨਸਾਫ਼ ਦਿਵਾਉਣ ਲਈ ਜਿਹੜਾ ਹੈਗਾ ਇਹ ਕਾਰਵਾਈ ਆਰੰਭੀ ਗਈ ਹੈ ਜੀ, ਤੇ ਆਉਂਦੇ ਜਿਹੜਾ ਹੈਗਾ 11 ਜਨਵਰੀ ਨੂੰ ਬਿਆਨ ਦਰਜ ਹੋਣ ਤੋਂ ਬਾਅਦ ਜਿਹੜਾ ਨੋਟਿਸ ਭੇਜਿਆ ਜਾਣਾ ਹੈਗਾ। ਜੀ ਜੀ ਚਲੋ, ਤੇ ਕਹਿੰਦੇ ਕਿਸਾਨਾਂ ਨੇ ਇੱਕ ਹੋਰ ਮੁੱਦੇ ਨੂੰ ਲੈ ਕੇ ਝੰਡਾ ਚੱਕ ਲਿਆ ਜੀ, ਕੀ ਮਾਮਲਾ ਇਹ? ਜੀ ਬਿਲਕੁਲ, ਜਿਹੜਾ ਹੈਗਾ ਕਿਸਾਨਾਂ ਵੱਲੋਂ ਜਿਹੜਾ ਹੈਗਾ ਅੱਜ ਬਠਿੰਡਾ ਦੇ ਸੈਕਟਰੀਏਟ ਸਾਹਮਣੇ ਇੱਕ ਵੱਡਾ ਪ੍ਰਦਰਸ਼ਨ ਕੀਤਾ ਗਿਆ ਹੈਗਾ, ਉਹ ਮੁੱਦਾ ਹੈਗਾ ਜੀ ਜਿਹੜਾ ਹੈਗਾ ਨਵਾਂ ਐਕਸਪ੍ਰੈਸ ਵੇ ਜਿਹੜੇ ਬਣ ਰਹੇ ਹੈਗੇ ਆਪਣਾ ਅਜਮੇਰ ਟੂ ਅੰਮ੍ਰਿਤਸਰ ਆਪਣਾ ਜਿਹੜਾ ਹੈਗਾ ਜੰਮੂ ਨਿਕਲਣਾ ਹੈਗਾ, ਉਸ ਨੂੰ ਲੈ ਕੇ ਜਿਹੜਾ ਹੈਗਾ ਝੰਡਾ ਚੱਕਿਆ ਗਿਆ ਕਿਸਾਨਾਂ ਵੱਲੋਂ। ਉਹਨਾਂ ਦਾ ਕਹਿਣਾ ਵੀ ਜਿਹੜਾ ਹੈਗਾ ਇਹ ਨੈਸ਼ਨਲ ਹਾਈਵੇ ਕੱਢਿਆ ਜਾ ਰਿਹਾ, ਇਸ ਨਾਲ ਜਿਹੜਾ ਉਹਨਾਂ ਦਾ ਭਾਰੀ ਨੁਕਸਾਨ ਤਾਂ ਹੋਣਾ ਹੀ ਹੈ, ਸਰਕਾਰ ਵੱਲੋਂ ਕੋਈ ਜਿਹੜਾ ਉਚਿਤ ਮੁਆਵਜ਼ਾ ਵੀ ਨਹੀਂ ਦਿੱਤਾ ਜਾ ਰਿਹਾ। ਕਿਸਾਨਾਂ ਦਾ ਕਹਿਣਾ ਵੀ ਜਿਹੜਾ 15 ਫੁੱਟ ਉੱਚਾ ਬਣਨ ਵਾਲਾ ਇਹ ਜਿਹੜਾ ਹਾਈਵੇ ਹੈ ਜਿਹੜਾ ਹੈਗਾ ਇਸ ਨਾਲ ਜਿਹੜੀ ਉਹਨਾਂ ਦੀ ਜ਼ਮੀਨ ਆ ਉਹ ਦੋ ਭਾਗਾਂ ਵਿੱਚ ਵੰਡੀ ਜਾਵੇਗੀ, ਅਤੇ ਜਿਹੜਾ ਹੈਗਾ ਇਸ ਦੇ ਨਾਲ ਹੀ ਜਿਹੜਾ ਹੈਗਾ ਨਾ ਹੀ ਇਸ ਜਿਹੜਾ ਹੈਗਾ ਹਾਈਵੇ ਉੱਤੇ ਕੋਈ ਕੱਟ ਰੱਖਿਆ ਜਾਣਾ, ਨਾ ਹੀ ਉਹਨਾਂ ਨੂੰ ਉਚਿਤ ਮਾਮਲਾ ਮਿਲਣਾ, ਤੇ ਨਾ ਜੇ ਮੁਆਵਜ਼ਾ ਮਿਲਦਾ ਵੀ ਹੈ ਤਾਂ ਉਹ ਜ਼ਮੀਨ ਖਰੀਦਣਗੇ ਤਾਂ ਖਰੀਦਣਗੇ ਕਿੱਥੇ ਜੀ। ਤੇ ਇਸ ਕਰਕੇ ਜਿਹੜਾ ਹੈਗਾ ਅੱਜ ਉਹਨਾਂ ਨੇ ਇੱਕ ਝੰਡਾ ਬੁਲੰਦ ਕੀਤਾ, ਤੇ ਸਰਕਾਰ ਤੇ ਜਿਹੜਾ ਹੈਗਾ ਪ੍ਰਸ਼ਾਸਨ ਨੂੰ ਉਹਨਾਂ ਨੇ ਚੇਤਾਵਨੀ ਦਿੰਦਿਆਂ ਕਿਹਾ ਵੀ ਉਹ ਕਿਸੇ ਵੀ ਹਾਲਾਤ ਦੇ ਵਿੱਚ ਜਿਹੜੀ ਆਪਣੀ ਜ਼ਮੀਨ ਹੈ ਉਹ ਇਸ ਹਾਈਵੇ ਲਈ ਨਹੀਂ ਦੇਣਗੇ, ਅਤੇ ਜੇ ਸਰਕਾਰ ਉਹਨਾਂ ਦੇ ਦਬਾਅ ਬਣਾਉਂਦੀ ਹੈ ਤਾਂ ਉਹਦੇ ਨਾਲ ਸੰਘਰਸ਼ ਹੋਰ ਤੇਜ਼ ਕਰਨਗੇ ਜੀ। ਸੋ ਆਪਾਂ ਗੱਲ ਕਰੀਏ ਤਾਂ ਅੱਜ ਕੋਈ ਆਤਮ ਹੱਤਿਆ ਹੋਈ ਹੈ ਜੀ, ਕਿਸ ਨੇ ਕੀਤੀ ਹੈ ਜੀ?
ਜੀ ਬਿਲਕੁਲ, ਅੱਜ ਜਿਹੜਾ ਹੈਗਾ ਸਵੇਰੇ ਇੱਕ ਸੂਚਨਾ ਆਈ ਸੀਗੀ ਮੀਡੀਆ ਨੂੰ ਵੀ, ਜਿਹੜਾ ਕਰੋਨਾ ਵਲੰਟੀਅਰ ਜਿਹੜੇ ਧਰਨਾ ਲਾਈ ਬੈਠੇ ਨੇ ਪਿਛਲੇ ਕਾਫੀ ਦਿਨਾਂ ਤੋਂ ਸੈਕਟਰੀਏਟ ਦੇ ਸਾਹਮਣੇ, ਉੱਥੇ ਕਿਸੇ ਨੌਜਵਾਨ ਵੱਲੋਂ ਜਿਹੜਾ ਹੈਗਾ ਜ਼ਹਿਰੀਲੀ ਵਸਤੂ ਨਿਕਲ ਕੇ ਗਈ ਹੈ। ਜਦੋਂ ਮੌਕੇ ਤੇ ਪਹੁੰਚੇ ਤਾਂ ਪ੍ਰਦਰਸ਼ਨਕਾਰੀ ਜਿਹੜੇ ਨੌਜਵਾਨ ਜਿਹੜੇ ਬੈਠੇ ਨੇ ਕਈ ਦਿਨ, ਉਹਨਾਂ ਦਾ ਕਹਿਣਾ ਵੀ ਉਹਨਾਂ ਦੇ ਨਾਲ ਜਿਹੜਾ ਨੌਜਵਾਨ ਨੇ ਜ਼ਹਿਰੀਲੀ ਵਸਤੂ ਕੋਈ ਸੰਬੰਧ ਨਹੀਂ ਹੈਗਾ ਜਿਸ ਜ਼ਹਿਰੀਲੀ ਵਸਤੂ ਨਿਕਲੀ ਹੈ। ਜਦੋਂ ਇਸ ਸੰਬੰਧੀ ਜਿਹੜੀ ਹੈਗੀ ਜਾਣਕਾਰੀ ਇਕੱਠੀ ਕੀਤੀ ਗਈ ਤੇ ਜਿਹੜਾ ਇਹ ਨੌਜਵਾਨ ਹੈ ਇਹ ਲੈਣੋਪਾਰ ਏਰੀਆ ਦਾ ਦੱਸਿਆ ਜਾ ਰਿਹਾ। ਫਿਲਹਾਲ ਜਿਹੜਾ ਹੈਗਾ ਪੁਲਿਸ ਨੇ ਮਾਮਲਾ ਦਰਜ ਕਰ ਰੱਖਿਆ ਕਰ ਲਿਆ ਗਾ ਤੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਨੌਜਵਾਨ ਦੀ ਜਿਹੜੀ ਮੌਤ ਹੋ ਚੁੱਕੀ ਹੈ ਕਿਉਂਕਿ ਵੱਡੀ ਉਸ ਦੇ ਵਿੱਚ ਮਾਤਰਾ ਚ ਉਹਨਾਂ ਜਿਹੜੀ ਹੈ ਜ਼ਹਿਰੀਲੀ ਵਸਤੂ ਨਿਕਲ ਰਹੀ ਸੀ। ਕਾਰਨ ਹਲੇ ਸਾਹਮਣੇ ਨਹੀਂ ਆਏ ਵੀ ਕੀ ਕਾਰਨ ਰਹੇ, ਪਰ ਇੱਕ ਵਾਰ ਜਿਹੜਾ ਹੈਗਾ ਜ਼ਰੂਰ ਇਹ ਜਿਹੜਾ ਹੈਗਾ ਮੀਡੀਆ ਦੇ ਵਿੱਚ ਹੜਕੰਪ ਮੱਚ ਗਿਆ ਸੀਗਾ ਜਿਹੜਾ ਹੈਗਾ ਧਰਨੇ ਦੌਰਾਨ ਕਿਸੇ ਨੌਜਵਾਨ ਨੇ ਅਜਿਹਾ ਕਦਮ ਚੁੱਕਿਆ, ਪਰ ਅਜਿਹੀ ਕੋਈ ਗੱਲ ਸਾਹਮਣੇ ਨਹੀਂ ਆਈ ਜੀ। ਸੋ ਬਹੁਤ ਬਹੁਤ ਮਿਹਰਬਾਨੀ ਤੁਹਾਡੀ, ਸ਼ੁਕਰੀਆ ਜੀ, ਧੰਨਵਾਦ। ਸੋ ਪ੍ਰੋਗਰਾਮ ਸ਼ਮਾਦਾਨ ਬਾਦ ਦਸਤੂਰ ਇਸੇ ਤਰ੍ਹਾਂ ਜਾਰੀ ਰਹੇਗਾ ਜੀ, ਪਰ ਅੱਜ ਦਾ ਇਹ ਪ੍ਰੋਗਰਾਮ ਤੁਹਾਡੇ ਤੋਂ ਮੈਂ ਸਮਾਪਤ ਕਰਨ ਦੀ ਆਗਿਆ ਮੰਗਦਾ। ਸੋ ਇਸ ਤੋਂ ਬਿਨਾਂ ਸਾਡੇ ਰਿਕਾਰਡਡ ਪ੍ਰੋਗਰਾਮ ਚੱਲਦੇ ਰਹਿਣਗੇ। ਜੇਕਰ ਤੁਸੀਂ ਪ੍ਰੋਗਰਾਮ ਜਿਹਦੇ ਵਿੱਚ ਕੋਈ ਯੋਗਦਾਨ ਪਾਉਣਾ ਚਾਹੁੰਦੇ ਹੋ ਤਾਂ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਹੁਣ ਮੈਨੂੰ ਸਵਰਨ ਸਿੰਘ ਦਾਨੇ ਵਾਲੀਏ ਨੂੰ ਦਿਓ ਜੀ ਇਜਾਜ਼ਤ, ਮੁਲਾਕਾਤ ਸੋਮਵਾਰ ਨੂੰ ਹੋਏਗੀ। ਸੋ ਮਿਲਦੇ ਹਾਂ ਜੀ ਫਿਰ ਸੋਮਵਾਰ ਨੂੰ।